ਕਨੈਕਟ نیوز ਰੂਮ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਧਾਵਾ ਭਾਰਤ ਦੇ ਵਿੱਚ 486 ਸੀਟਾਂ ਉੱਤੇ ਲੋਕ ਸਭਾ ਦੀਆਂ ਵੋਟਾਂ ਦਾ ਜਾਂ ਚੋਣਾਂ ਦਾ ਕੰਮ ਮੁਕੰਮਲ ਹੋ ਚੁੱਕਾ ਔਰ 58 ਸੀਟਾਂ ਤੇ ਹਜੇ ਹੋਰ ਵੋਟਾਂ ਪੈਣੀਆਂ ਨੇ ਅਖੀਰਲੇ ਚਰਨ ਦੇ ਵਿੱਚ 7ਵੇਂ ਚਰਨ ਦੇ ਵਿੱਚ ਜਾਂ 7ਵੇਂ ਪੜਾਅ ਦੇ ਵਿੱਚ ਔਰ ਇਹਦੇ ਵਿੱਚ ਹੀ ਪੰਜਾਬ ਦੇ ਵਿੱਚ ਵੀ ਚੋਣਾਂ ਪੈਣਗੀਆਂ ਇਸੇ ਕਰਕੇ ਪੰਜਾਬ ਦੇ ਵਿੱਚ ਅੱਜਕੱਲ ਗਤੀਵਿਧੀਆਂ ਬਹੁਤ ਵਧੀਆਂ ਹੋਈਆਂ ਨੇ ਜਿਨਨੇ ਭਾਰਤ ਦੇ ਨੈਸ਼ਨਲ ਲੀਡਰ ਆ ਜਿੰਨੀਆਂ ਇਹ ਨੈਸ਼ਨਲ ਪਾਰਟੀਆਂ ਆ ਉਹ ਸਾਰੇ ਅੱਜਕੱਲ ਇੱਕ ਤਰ੍ਹਾਂ ਲਾਈਨ ਬਣਾ ਕੇ ਪੰਜਾਬ ਦੇ ਵਿੱਚ ਆ ਰਹੇ ਆ ਔਰ ਪੰਜਾਬ ਦੇ ਵਿੱਚ ਆ ਕੇ ਆਪਣੇ ਆਪਣੇ ਉਮੀਦਵਾਰਾਂ ਦਾ ਪ੍ਰਚਾਰ ਕਰ ਰਹੇ ਆ ਇਹ ਵੱਖਰੀ ਗੱਲ ਆ ਉਹਨਾਂ ਦੀ ਗੱਲ ਕਿੰਨੀ ਕੁ ਸੁਣੀ ਜਾਂਦੀ ਆ ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਜਿਹੜੀਆਂ 58 ਸੀਟਾਂ ਇਹਨਾਂ ਦੇ ਵਿੱਚ ਬਿਹਾਰ ਵੀ ਆ ਇਹਨਾਂ ਦੇ ਵਿੱਚ ਚੰਡੀਗੜ੍ਹ ਦੀ ਇੱਕ ਸੀਟ ਵੀ ਆ ਇਸੇ ਤਰ੍ਹਾਂ ਝਾਰਖੰਡਾ ਓਡੀਸਾ ਪੰਜਾਬ ਦੀਆਂ 13 ਦੇ 13 ਲੋਕ ਸਭਾ ਦੀਆਂ ਸੀਟਾਂ ਤਾਂ ਹੈ ਹੀ ਆ ਔਰ ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਆ ਵੈਸਟ ਬੰਗਾਲ ਆ کافی अहम ਪੜਾ ਮੰਨਿਆ ਜਾਂਦਾ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਲਈ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਜੇ ਵਾਕਿਆ ਆਪਣੀ ਸੱਤਾ ਫੇਰ ਇੱਕ ਵਾਰੀ ਲੈ ਕੇ ਆਉਣੀ ਆ ਵਾਪਸ ਲੈ ਕੇ ਆਉਣੀ ਆ ਤੇ ਉਹਨਾਂ ਨੂੰ 272 ਦਾ ਅੰਕੜਾ ਤਾਂ ਪਾਰ ਕਰਨਾ ਹੀ ਪੈਣਾ ਯਾਨਕਿ ਬਹੁਮਤ ਤਾਂ ਲੈਣਾ ਹੀ ਪਊਗਾ ਤੇ ਜੇ ਉਹ ਕਹਿ ਰਹੇ ਨੇ ਕਿ ਅਸੀਂ 400 ਤੋਂ ਪਾਰ ਜਾਣਾ ਤੇ ਫਿਰ ਵੀ ਉਹਨਾਂ ਨੂੰ ਕਾਰਗੁਜ਼ਾਰੀ ਵਧਿਆ ਕਰਨੀ ਪਊਗੀ ਪਰ ਅਜੇ ਵੀ ਕਈ ਰਾਜਾਂ ਦੇ ਵਿੱਚ ਉਹਨਾਂ ਦੀ ਦਾਲ ਗਲਦੀ ਹੋਈ ਨਹੀਂ ਲੱਗਦੀ ਜਾਂ ਹਾਲਤ ਭਾਰਤੀ ਜਨਤਾ ਪਾਰਟੀ ਦੀ ਪਤਲੀ ਲੱਗਦੀ ਆ ਜਿਸ ਤਰ੍ਹਾਂ ਦੇ ਹਾਲਾਤ ਭਾਰਤੀ ਜਨਤਾ ਪਾਰਟੀ ਦੇ ਸਨ 2014 ਦੇ ਵਿੱਚ ਸੀ ਜਾਂ ਸਨ 2019 ਦੇ ਵਿੱਚ ਜਿਸ ਤਰ੍ਹਾਂ ਇੱਕ ਉਹਨਾਂ ਦੀ ਲਹਿਰ ਚੱਲ ਰਹੀ ਸੀ ਉਸ ਤਰ੍ਹਾਂ ਦੀ ਲਹਿਰ ਤਾਂ ਦੇਖਣ ਨੂੰ ਮਿਲ ਨਹੀਂ ਰਹੀ ਪਰ ਕੀ ਕਿਸੇ ਤਰ੍ਹਾਂ ਦੀ ਕੋਈ ਲਹਿਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਚੱਲ ਰਹੀ ਆ ਇਸ ਬਾਰੇ ਵੀ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਆ ਕਿਉਂਕਿ ਹਜੇ ਵੀ ਬਹੁਤ ਸਾਰਾ ਵੋਟਰ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ ਉਹ ਚੁੱਪ। ਸੋ ਇਸ ਕਰਕੇ ਕਈ ਵਾਰੀ ਜਿਹੜੇ ਸਿਫਾਲੋਜਿਸਟ ਹੁੰਦੇ ਆ ਜਾਂ ਜਿਹੜੇ ਇਸ ਗੱਲ ਦਾ ਅੰਦਾਜ਼ਾ ਲਾਉਂਦੇ ਨੇ ਕਿ ਵੋਟਾਂ ਕਿਹੜੇ ਪਾਸੇ ਨੂੰ ਪੈਣੀਆਂ ਕਿਹੜੀ ਪਾਰਟੀ ਆਪਣੀ ਸੱਤਾ ਸਥਾਪਿਤ ਕਰ ਸਕਦੀ ਆ ਉਹਨਾਂ ਨੂੰ ਇਹਨਾਂ ਗੱਲਾਂ ਤੋਂ ਅੰਦਾਜ਼ਾ ਲੱਗਦਾ ਕਿ ਜੇ ਕੋਈ ਵਿਅਕਤੀ ਬੋਲੇ ਖੈਰ ਅੱਗੇ ਚੱਲਦੇ ਆ ਭਾਰਤ ਦੇ ਪ੍ਰਧਾਨ ਮੰਤਰੀ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਫੇਰੀ ਸੀ ਔਰ ਪੰਜਾਬ ਦੀ ਇਸ ਫੇਰੀ ਦੇ ਦੌਰਾਨ ਇਹਨਾਂ ਨੇ ਬੜੀਆਂ ਗੱਲਾਂ ਕੀਤੀਆਂ ਇੱਥੋਂ ਤਾਂ ਵੀ ਕਿਹਾ ਕਿ ਜੇ ਮੈਂ ਹੁੰਦਾ 1971 ਦੇ ਵਿੱਚ 50 ਸਾਲ ਪਹਿਲਾਂ ਤੇ ਮੈਂ ਪਤਾ ਨਹੀਂ ਕੀ ਕਰ ਦੇਣਾ ਸੀ ਮੈਂ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਆਪਣੇ ਇੱਥੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸ਼ਾਮਿਲ ਕਰ ਲੈਣਾ ਸੀ ਇਦਾਂ ਦੀਆਂ ਗੱਲਾਂ ਕੀਤੀਆਂ ਉਹਦਾ ਵੈਸੇ ਜਵਾਬ ਸ਼ਸ਼ੀ ਠਰੂਰ ਨੇ ਦਿੱਤਾ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਆਏ ਸੀ ਜਿਨ੍ਹਾਂ ਨੇ ਮਨੀਸ਼ ਤਿਵਾੜੀ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਔਰ ਇਸ ਗੱਲ ਦਾ ਜਵਾਬ ਵੀ ਦਿੱਤਾ ਪਰ ਭਾਰਤ ਦੇ ਪ੍ਰਧਾਨ ਮੰਤਰੀ ਦੀ ਤੁਹਾਨੂੰ ਮੈਂ ਇੱਕ ਹੋਰ ਵੀ ਗੱਲ ਦੱਸਣੀ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਦਾ ਬਿੱਲ ਨਹੀਂ ਦਿੱਤਾ ਰੈਡੀਸਨ ਹੋਟਲ ਦੇ ਵਿੱਚ ਰੁਕੇ ਆ 80 ਲੱਖ ਤੋਂ ਵੱਧ ਬਿੱਲ ਆ ਗਿਆ ਤੇ ਹੁਣ ਹੋਟਲ ਪਤਾ ਕੀ ਕਹਿ ਰਿਹਾ ਉਸ ਨੇ ਇੱਕ ਨੋਟਿਸ ਕੱਢਤਾ ਕਹਿੰਦੇ ਜੇ 1 ਜੂਨ ਤੱਕ ਮੇਰਾ ਬਿੱਲ ਕਲੀਅਰ ਨਾ ਕੀਤਾ ਭਾਰਤ ਦੇ ਪ੍ਰਧਾਨ ਮੰਤਰੀ ਜਾਂ ਉਹਨਾਂ ਦੇ ਨਾਲ ਜਿੰਨੇ ਵੀ ਗੈਸਟ ਆਏ ਸੀ ਔਰ ਸਾਡੇ ਇੱਥੇ ਰੇਡੀਸਨ ਬਲੂ ਹੋਟਲ ਦੇ ਵਿੱਚ ਰੁਕੇ ਸੀ ਇਹ ਪਿਛਲੇ ਸਾਲ ਦੀ ਗੱਲ ਆ ਅਪ੍ਰੈਲ ਦੇ ਮਹੀਨੇ ਦੀ ਤੇ ਫੇਰ ਮੈਂ ਕੇਸ ਦਰਜ ਕਰੂੰਗਾ ਇਹ ਗੱਲ ਹੋਟਲ ਨੇ ਕਹੀ ਆ ਔਰ ਸਾਰੇ ਦਾ ਸਾਰਾ ਦਾ ਪੈਸਾ ਅਸੀਂ ਲਵਾਂਗੇ ਲਵਾਂਗੇ 18% ਵਿਆਜ ਵੀ ਲਵਾਂਗੇ ਸੂਤ ਸਮੇਤ ਪੈਸਾ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਲਵਾਂਗੇ ਕੀ ਕਰਨਾ ਭਾਰਤ ਦੇ ਪ੍ਰਧਾਨ ਮੰਤਰੀ ਨੇ ਜਾਂ ਇਹਨਾਂ ਦੇ ਮਹਿਕਮਿਆਂ ਨੇ ਹਜੇ ਤੱਕ ਇਹ ਪੈਸਾ ਕਿਉਂ ਨਹੀਂ ਅਦਾ ਕੀਤਾ ਇਸ ਬਾਰੇ ਤਾਂ ਅਸੀਂ ਗੱਲ ਕਰਾਂਗੇ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਕ੍ਰਾਈਸਿਸ ਆ ਸੰਕਟ ਆ ਹਰ ਵਾਰ ਕੋਈ ਨਾ ਕੋਈ ਸਾਨੂੰ ਰੋਜ਼ ਹੀ ਪਤਾ ਲੱਗਦਾ ਜਾਂ ਕਿਸੇ ਨੂੰ ਇਹ ਕੱਢ ਦਿੰਦੇ ਨੇ ਜਾਂ ਇਹਨਾਂ ਦੀ ਪਾਰਟੀ ਕੋਈ ਛੱਡ ਕੇ ਚਲਾ ਜਾਂਦਾ ਕੀ ਪਾਰਟੀ ਦੇ ਪ੍ਰਧਾਨ ਤੋਂ ਇਹ ਪਾਰਟੀ ਸੰਭ ਵੀ ਨਹੀਂ ਜਾ ਰਹੀ ਕੀ ਕਾਰਨ ਕੀ ਆ ਪਾਰਟੀ ਦੇ ਵਿੱਚ ਸੰਕਟ ਆ ਰਿਹਾ ਤੇ ਤੁਸੀਂ ਆਪਣੇ ਹੀ ਇੱਕ ਲੀਡਰ ਆਦੇਸ਼ ਪ੍ਰਤਾਪ ਸਿੰਘ ਕੈਰੋ ਇਕੱਲੇ ਲੀਡਰ ਨਹੀਂ ਆ ਉਹ ਉਹ ਇਸ ਬਾਦਲ ਪਰਿਵਾਰ ਦੇ ਵੀ ਖਾਸ ਮੈਂਬਰ ਨੇ ਔਰ ਜਿੱਥੇ ਸੁਖਬੀਰ ਸਿੰਘ ਬਾਦਲ ਦੀ ਭੈਣ ਵਿਆਹੀ ਹੋਈ ਆ ਉਸ ਨੂੰ ਅਚਾਨਕ ਪਾਰਟੀ ਦੇ ਵਿੱਚੋਂ ਇਸ ਕਰਕੇ ਕੱਢ ਦੇਣਾ ਕਿ ਉਹ ਪਾਰਟੀ ਦੇ ਖਿਲਾਫ ਗਤੀਵਿਧੀਆਂ ਕਰ ਰਿਹਾ ਮੈਨੂੰ ਲੱਗਦਾ ਇਸ ਦਾ ਜਿਹੜਾ ਰਿਐਕਸ਼ਨ ਆ ਜਾਂ ਇਸ ਦੇ ਖਿਲਾਫ ਜੋ ਰੋਸ ਆ ਰਿਹਾ ਉਹ ਪਾਰਟੀ ਦੇ ਵਿੱਚੋਂ ਹੀ ਆ ਰਿਹਾ ਬਹੁਤ ਸਾਰੇ ਇਸ ਤਰ੍ਹਾਂ ਦੇ ਪਾਰਟੀ ਦੇ ਲੀਡਰਸ ਨੇ ਜਿਨ੍ਹਾਂ ਨੇ ਕਿਹਾ ਕਿ ਜੇ ਇਸ ਤਰ੍ਹਾਂ ਕਰਦੇ ਰਹੇ ਤੇ ਪਾਰਟੀ ਪਤਾ ਨਹੀਂ ਖੜੀ ਹੋਣੀ ਹੈ ਕਿ ਨਹੀਂ ਹੋਣੀ ਪਰ ਖਤਮ ਜ਼ਰੂਰ ਹੋ ਜੂਗੀ ਇਸ ਗੱਲ ਨੂੰ ਵੀ ਦੇਖਾਂ ਕਿਉਂਕਿ ਇਸ ਤਰ੍ਹਾਂ ਦੇ ਐਕਸ਼ਨ ਬਿਲਕੁਲ ਜਦੋਂ ਲੋਕ ਸਭਾ ਦੀਆਂ ਚੋਣਾਂ ਚਰਮ ਸੀਮਾ ਤੇ ਨੇ ਸਿਰ ਤੇ ਖੜੀਆਂ ਨੇ ਬਜਾਏ ਕਿ ਉਹਨਾਂ ਲੋਕ ਸਭਾ ਦੀਆਂ ਚੋਣਾਂ ਵੱਲ ਧਿਆਨ ਦੇਣ ਦੇ ਇਸ ਤਰ੍ਹਾਂ ਦੀ ਕਾਰਵਾਈ ਸ਼ੋਭਾ ਨਹੀਂ ਦਿੰਦੀ ਜੇ ਸਿਕੰਦਰ ਸਿੰਘ ਮਲੂਕਾ ਨੂੰ ਬਰਦਾਸ਼ਤ ਕੀਤਾ ਜਾ ਰਿਹਾ ਤੇ ਕੀ ਆਦੇਸ਼ ਪ੍ਰਤਾਪ ਸਿੰਘ ਕੈਰਨ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਸ ਤੋਂ ਇਲਾਵਾ ਗੱਲ ਕਰਾਂਗੇ ਸ਼ਸ਼ੀ ਠਰੂਰ ਦੀ ਵੀ ਸ਼ਸ਼ੇ ਠਰੂਰ ਨੇ ਕੀ ਕੀ ਜਵਾਬ ਦਿੱਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਸ ਬਾਰੇ ਤਾਂ ਤੁਹਾਨੂੰ ਮੈਂ ਦੱਸੂਗਾ ਤੇ ਬਲਵੰਤ ਸਿੰਘ ਰਾਮੂ ਵਾਲੀਆ ਬਲਵੰਤ ਸਿੰਘ ਰਾਮੂ ਵਾਲੀਆ ਤੁਸੀਂ ਯਾਦ ਕਰੋ ਕਿਸੇ ਟਾਈਮ ਕੇਂਦਰ ਦੇ ਮੰਤਰੀ ਵੀ ਰਹੇ ਆ ਪੰਜਾਬ ਪੋਲਿਟਿਕਸ ਦੇ ਵਿੱਚ ਅਕਸਰ ਆ ਕੇ ਸਰਗਰਮ ਹੋ ਜਾਂਦੇ ਨੇ ਅੱਜ ਕੱਲ ਇਹਨਾਂ ਨੇ ਕਾਂਗਰਸ ਨੂੰ ਸਮਰਥਨ ਦਿੱਤਾ ਵੈਸੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਇਹਨਾਂ ਕੋਲੇ ਸਮਰਥਨ ਹੈ ਕਿ ਨਾ ਕਾ ਤੇ ਤੁਸੀਂ ਸਾਡੇ ਪ੍ਰੋਗਰਾਮ ਨੂੰ ਜਿਸ ਤਰ੍ਹਾਂ ਭਰਮਾ ਹੁੰਗਾਰਾ ਦੇ ਰਹੇ ਹੋ ਅਸੀਂ ਤੁਹਾਡੇ ਬੇहद ਸ਼ੁਕਰਗੁਜ਼ਾਰ ਆ ਇਸੇ ਤਰ੍ਹਾਂ ਤੁਸੀਂ ਆਪਣਾ ਹੁੰਗਾਰਾ ਦਿੰਦੇ ਰਹੋ ਤੇ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਮੈਰੀ ਪ੍ਰੋਗਰਾਮ ਹਰ ਰੋਜ਼ ਲੈ ਕੇ ਆਉਂਦੇ ਰਹਿਵਾਂਗੇ ਮੈਨੂੰ ਯਾਦ ਆ ਕਈ ਮਹੀਨੇ ਪਹਿਲਾਂ ਮੈਂ ਤੁਹਾਨੂੰ ਇੱਕ ਖਬਰ ਦੱਸੀ ਸੀ ਕਿ ਕਿਸ ਤਰ੍ਹਾਂ ਹਾਪਰਜ਼ ਬਾਰ ਐਂਡ ਰੈਸਟੋਰੈਂਟ ਅੰਮ੍ਰਿਤਸਰ ਦੇ ਬੜੇ ਪੌਸ਼ ਇਲਾਕੇ ਦੇ ਵਿੱਚ ਬੜੇ ਖਾਸ ਇਲਾਕੇ ਦੇ ਵਿੱਚ ਆ ਰਣਜੀਤ ਐਵੇਨਿਊ ਦੇ ਵਿੱਚ ਤੇ ਉਥੋਂ ਦੀ ਪੁਲਿਸ ਨੇ ਅੰਮ੍ਰਿਤਸਰ ਦੀ ਪੁਲਿਸ ਨੇ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰਤਾ ਸੀ ਕਿਉਂਕਿ ਉਹਨਾਂ ਦੇ ਹੌਮੇ ਨੂੰ ਬੜੀ ਛੱਟ ਵਜ੍ਹੀ ਸੀ ਜਦੋਂ ਉਥੇ ਗਏ ਤੇ ਉਹਨਾਂ ਨੂੰ ਐਂਟਰਟੇਨ ਨਹੀਂ ਕੀਤਾ ਬਾਅਦ ਦੇ ਵਿੱਚ ਸਾਰੀ ਦੀ ਸਾਰੀ ਪੁਲਿਸ ਉਸ ਪਰਿਵਾਰ ਦੇ ਮਗਰ ਪੈ ਗਈ ਸੀ ਤੇ ਪਰਿਵਾਰ ਨੂੰ ਲਗਭਗ ਡੇਢ ਮਹੀਨਾ ਆਪਣੇ ਘਰ ਤੋਂ ਦੂਰ ਰਹਿਣਾ ਪਿਆ ਉਹਨਾਂ ਦਾ ਬਿਜ਼ਨਸ ਤਬਾਹ ਹੋ ਗਿਆ ਸੀ ਬਾਅਦ ਦੇ ਵਿੱਚ ਪਰਿਵਾਰ ਨੇ ਹੌਲੀ-ਹੌਲੀ ਜਦੋਂ ਕਈ ਪਟੀਸ਼ਨਜ਼ ਧਾਰ ਕਰਤੀਆਂ ਕਈ ਅਰਜ਼ੀਆਂ ਲਾਈਆਂ ਕੋਰਟਸ ਦੇ ਵਿੱਚ ਪਹੁੰਚੇ ਫੇਰ ਆ ਕੇ ਪੁਲਿਸ ਵਾਲਿਆਂ ਨੂੰ ਅਕਲ ਆਈ ਫੇਰ ਉਹਨਾਂ ਨੇ ਥੋੜਾ ਜਿਹਾ ਆਪਣੇ ਆਪ ਨੂੰ ਸੁਧਾਰਿਆ ਜਾਂ ਆਪਣੇ ਆਪ ਨੂੰ ਨਰਮ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦਾ ਸਾਰਾ ਐਕਸ਼ਨ ਗਲਤ ਆ ਤੇ ਉਸ ਤੋਂ ਬਾਅਦ ਅੱਜ ਦੀ ਤਰੀਕ ਦੇ ਵਿੱਚ ਇਹ ਹਾਪਰਜ਼ ਬਾਰਨ ਐਂਡ ਰੈਸਟੋਰੈਂਟ ਵਧੀਆ ਕੰਮ ਕਰ ਰਿਹਾ ਆਪਣਾ ਬਿਜ਼ਨਸ ਫੇਰ ਇਹਨਾਂ ਦਾ ਦੁਬਾਰਾ ਲੀਤੇ ਆਇਆ ਇਸ ਤੋਂ ਇਲਾਵਾ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣੀ ਐ ਅੰਮ੍ਰਿਤਸਰ ਦੀ ਤੁਸੀਂ ਯਾਦ ਕਰੋ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਤਿੰਨ ਕੈਬਨਿਟ ਮੰਤਰੀ ਪਟੂਰੇ ਖਾਣ ਚਲੇ ਗਏ ਸੀ ਬਾਅਦ ਦੇ ਵਿੱਚ ਉਹਨਾਂ ਚੋਂ ਇੱਕ ਮੰਤਰੀ ਮੁੱਕਰ ਗਿਆ ਕਹਿੰਦਾ ਮੈਂ ਤਾਂ ਪਟੂਰੇ ਖਾਧੇ ਹੀ ਨਹੀਂ ਇੱਥੋਂ ਤੱਕ ਵੀ ਉਹਨੇ ਕਹਿਤਾ ਕਿ ਜੇ ਮੈਨੂੰ ਕੋਈ ਇਹ ਸ਼ਬਦ ਕਰ ਦੇ ਤਾਂ ਮੈਂ ਪਟੂਰੇ ਖਾਧੇ ਆ ਤੇ ਮੈਂ ਰਾਜਨੀਤੀ ਛੱਡ ਦੂੰਗਾ ਮੈਂ ਸਿਆਸਤ ਛੱਡ ਦੂੰਗਾ ਤੇ ਅਸੀਂ ਇਹ ਗੱਲ ਕਹੀ ਸੀ ਕਿ ਇੰਨੀ ਹਲਕੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿ ਪਟੂਰੀਆਂ ਕਰਕੇ ਤੁਸੀਂ ਛੱਡ ਦੋ ਨਹੀਂ ਖਾਧੇ ਹੋਣਗੇ ਤੁਹਾਡੇ ਹੋਰ ਦੋ ਮੰਤਰੀਆਂ ਨੇ ਖਾਲੇ ਹੋਣਗੇ ਤੇ ਐਡੀ ਕੀ ਗੱਲ ਆ ਕਮ ਸੇ ਕਮ ਇਸ ਨੂੰ ਐਡਾ ਵੱਡਾ ਮੁੱਦਾ ਨਾ ਬਣਾਓ ਪਰ ਮੈਨੂੰ ਇਹ ਵੀ ਯਾਦ ਆ ਕਿ ਇਹਨਾਂ ਨੇ ਜਾ ਕੇ ਉਸ ਹੋਟਲ ਦੇ ਵਿੱਚ ਰੂਮ ਖਲੋਣ ਦੀ ਕੋਸ਼ਿਸ਼ ਕੀਤੀ ਸੀ ਰੂਮ ਉਹਨਾਂ ਨੇ ਖੋਲਿਆ ਨਹੀਂ ਕਿਉਂਕਿ ਉਹਨਾਂ ਨੇ ਪੈਸੇ ਮੰਗ ਲਏ ਇਸ ਤਰ੍ਹਾਂ ਇਹਨਾਂ ਦੇ ਹਉਮੇ ਤੇ ਈਗੋ ਤੇ 6:00 ਵਜੇ ਤੇ ਫਿਰ ਇਹਨਾਂ ਨੇ ਉਹਨਾਂ ਦਾ ਬਿਜਲੀ ਪਾਣੀ ਕੱਟਤਾ ਸੀ ਤੁਸੀਂ ਇਹ ਯਾਦ ਕਰੋ ਸਾਰੀ ਗੱਲ ਇਹ ਦੋ ਘਟਨਾਵਾਂ ਮੈਂ ਤੁਹਾਨੂੰ ਕਿਉਂ ਦਸੀਆਂ ਇਹਨਾਂ ਦੋਨਾਂ ਘਟਨਾਵਾਂ ਦੇ ਪਿੱਛੇ ਇੱਕ ਪਾਸੇ ਤਾਂ ਪੁਲਿਸ ਸੀ ਤੇ ਦੂਸਰੇ ਪਾਸੇ ਮੰਤਰੀ ਸੀ ਬੜੇ ਪਾਵਰਫੁਲ ਸੀ ਤੇ ਜੇ ਕੋਈ ਹੋਟਲ ਇਹਨਾਂ ਨੂੰ ਪੈਸੇ ਦੇਣ ਲਈ ਪੁੱਛ ਲੈਂਦਾ ਤੇ ਇਹਨਾਂ ਦੀ ਹੋਮ ਇਹਨਾਂ ਦਾ ਕਮੰਡ ਜਾਗ ਪੈਂਦਾ ਪਰ ਬਿਲਕੁਲ ਇਸੇ ਤਰ੍ਹਾਂ ਦਾ ਕਮੰਡ ਜਾਂ ਇਸੇ ਤਰ੍ਹਾਂ ਦੀ ਖਬਰ ਸਾਨੂੰ ਮੈਸੂਰ ਜਾਂ ਕਰਨਾਟਕ ਤੋਂ ਆ ਰਹੀ ਹੈ ਕਰਨਾਟਕ ਦੇ ਵਿੱਚ ਅਪ੍ਰੈਲ ਦੇ ਮਹੀਨੇ ਉਥੇ ਪ੍ਰੋਜੈਕਟ ਟਾਈਗਰ ਹੋਇਆ ਸੀ ਉਹਦੇ 50ਵਾਂ ਸਾਲ ਜਾਂ ਗੋਲਡਨ ਜੁਬਲੀ ਮਨਾਈ ਜਾ ਰਹੀ ਸੀ 50 ਬਰੇ ਮਨਾਈ ਜਾ ਰਹੀ ਸੀ ਪ੍ਰੋਜੈਕਟ ਟਾਈਗਰ ਇੱਕ ਇਵੈਂਟ ਕਰਵਾਇਆ ਸੀ ਔਰ ਉਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂਦੇ ਆ ਇਹ ਮੈਸੂਰ ਦੀ ਗੱਲ ਆ ਕਰਨਾਟਕ ਦੀ ਔਰ ਉੱਥੇ ਜਾ ਕੇ ਰੈਡਿਸਨ ਬਲੂ ਇਹ 5 ਸਟਾਰ ਹੋਟੇਲਾ ਉੱਥੇ ਜਾ ਕੇ ਰੁਕਦੇ ਆ ਇਹਨਾਂ ਦੇ ਨਾਲ ਅਮਲਾ ਫੈਲਾ ਵੀ ਜਾਂਦਾ ਔਰ ਉਹ ਸਾਰੇ ਦਾ ਸਾਰਾ ਜਿਹੜਾ ਇਵੈਂਟ ਸੀ ਜੋ ਉਹ ਕਰਵਾਇਆ ਗਿਆ ਸੀ ਉਸ ਵਕਤ ਇਸ ਸਾਰੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਸੀ ਨੈਸ਼ਨਲ ਟਾਈਗਰ ਕਨ ਸਰਵੇਸ਼ਨ ਅਥਾਰਟੀ ਨੇ ਔਰ ਇਸ ਤੋਂ ਇਲਾਵਾ ਇਸ ਪ੍ਰੋਗਰਾਮ ਨੂੰ ਮਿਨਿਸਟਰੀ ਆਫ এনवायरमेंट ਫੋਰੈਸਟ ਐਂਡ ਕਲਾਈਮੇਟ ਚੇਂਜ ਇਹ ਮਹਿਕਮਾ ਕੇਂਦਰ ਦਾ ਮੰਤਰਾਲਾ ਇਸ ਨੇ ਵੀ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਸੀ ਪੰਜਾਬ ਵਰੇ ਮਨਾਏ ਜਾ ਰਹੇ ਸੀ ਟਾਈਗਰ ਪ੍ਰੋਜੈਕਟ ਦੇ ਹੁਣ ਤੁਸੀਂ ਦੇਖੋ ਜਿਹੜਾ ਪ੍ਰੋਜੈਕਟ ਟਾਈਗਰ ਸੀ ਉਹਦੇ ਵਿੱਚ ਇਹ ਵੀ ਗੱਲ ਕਹੀ ਗਈ ਕਿ ਘੱਟੋ-ਘੱਟ 3 ਕਰੋੜ ਰੁਪਏ ਦਾ ਖਰਚਾ ਆਊਗਾ ਤੇ ਸਾਰੇ ਦਾ ਸਾਰਾ ਖਰਚਾ ਕੇਂਦਰ ਸਰਕਾਰ ਝੱਲੂਗੀ ਉਹ ਬਰਦਾਸ਼ ਕਰੂਗੀ ਪੇ ਕਰੂਗੀ ਇਸੇ ਕਰਕੇ ਪ੍ਰਧਾਨ ਮੰਤਰੀ 9 ਅਪ੍ਰੈਲ ਤੋਂ ਲੈ ਕੇ 11 ਅਪ੍ਰੈਲ ਤੱਕ ਸਨ 2023 ਦੀ ਮੈਂ ਗੱਲ ਕਰ ਰਿਹਾ ਉਦੋਂ ਜਾਂਦੇ ਨੇ ਤੇ ਰੈਡੀਸਨ ਬਲੂ ਪਲਾਜ਼ਾ ਹੋਟੇਲਾ ਉਥੇ ਜਾ ਕੇ ਇਹ ਰੁਕਦੇ ਆ ਔਰ ਤੁਸੀਂ ਦੇਖੋ ਕਿ ਬਾਅਦ ਦੇ ਵਿੱਚ ਜਦੋਂ ਇਹ ਇਵੈਂਟ ਖਤਮ ਹੋ ਜਾਂਦਾ ਤੇ ਉਸ ਤੋਂ ਬਾਅਦ ਇਹ ਹੋਟਲ ਵਾਲਿਆਂ ਨੂੰ ਯਾਦ ਆਉਂਦਾ ਕਿ ਅਸੀਂ ਤਾਂ ਇਹਨਾਂ ਤੋਂ ਬਿੱਲ ਲੈਣੇ ਸੀ ਸਾਡੇ ਬਿੱਲ ਕਲੀਅਰ ਹੀ ਨਹੀਂ ਹੋਏ ਸਟੇਟ ਦਾ ਉਥੋਂ ਦਾ ਫੋਰੈਸਟ ਡਿਪਾਰਟਮੈਂਟ ਆ ਉਹਨਾਂ ਨੇ ਵੀ ਇਹ ਇਵੈਂਟ ਆਰਗੇਨਾਈਜ਼ ਕੀਤਾ ਸੀ ਕੰਡਕਟ ਕੀਤਾ ਸੀ ਜਾਂ ਇਸ ਦਾ ਜਾ ਕੇ ਉਹਨਾਂ ਨੇ ਸੰਚਾਲਨ ਕੀਤਾ ਸੀ ਉਹਨਾਂ ਤੋਂ ਵੀ ਪੁੱਛਿਆ ਗਿਆ ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ 3 ਕਰੋੜ ਰੁਪਇਆ ਆਇਆ ਪਰ ਹੋਇਆ ਕੀ ਕਿ 3 ਕਰੋੜ ਦੀ ਥਾਂ ਤੇ 6 ਕਰੋੜ ਤੇ 33 ਲੱਖ ਰੁਪਇਆ ਖਰਚ ਹੋ ਗਿਆ ਜਿੰਨਾ ਕਿਹਾ ਗਿਆ ਸੀ ਉਸ ਤੋਂ ਡਬਲ ਤੋਂ ਵੀ ਵੱਧ ਖਰਚ ਹੋ ਗਿਆ ਹੁਣ 3 ਕਰੋੜ ਤਾਂ ਕੇਂਦਰ ਸਰਕਾਰ ਨੇ ਭੇਜਤਾ ਲੇਕਿਨ 3 ਕਰੋੜ 33 ਲੱਖ ਰੁਪਇਆ ਕੌਣ ਦਵੇ ਔਰ ਇਹਦੇ ਵਿੱਚ ਇਸੇ ਰੈਡਿਸਨ ਬਲੂ ਪਲਾਜ਼ਾ ਦਾ ਹੋਟਲ ਦਾ ਬਿੱਲ ਵੀ ਸੀ 80 ਲੱਖ ਤੇ 60 ਹਜ਼ਾਰ ਰੁਪਇਆ ਇਹ ਬਿੱਲ ਵੀ ਉਦੋਂ ਹੀ ਖੜਾ ਸੀ 29 ਸਤੰਬਰ ਸਨ 2023 ਨੂੰ ਪ੍ਰਿੰਸੀਪਲ ਚੀਫ ਕੰਜ਼ਰਵੇਟਰ ਇਹ ਫੋਰੈਸਟ ਦੇ ਹੁੰਦੇ ਆ ਵਾਈਲਡ ਲਾਈਫ ਦੇ ਹੁੰਦੇ ਆ ਸੀਨੀਅਰ ਅਫਸਰ ਹੁੰਦੇ ਆ ਇਹ ਚਿੱਠੀ ਲਿਖਦੇ ਆ ਅਥਾਰਟੀ ਨੂੰ ਨੈਸ਼ਨਲ ਟਾਈਗਰ ਕਨ ਸਰਵੇਸ਼ਨ ਅਥਾਰਟੀ ਨੂੰ ਚਿੱਠੀ ਲਿਖੀ ਜਾਂਦੀ ਆ ਕਿ ਜੀ ਸਾਡਾ ਪੈਸਾ ਖੜਾ ਤੁਹਾਡੇ ਵੱਲ ਇਸ ਕੇਂਦਰ ਦੀ ਏਜੰਸੀ ਨੂੰ ਚਿੱਠੀ ਲਿਖੀ ਜਾਂਦੀ ਆ ਅਥਾਰਟੀ ਨੂੰ ਚਿੱਠੀ ਲਿਖੀ ਜਾਂਦੀ ਆ ਤੇ ਤੁਸੀਂ ਇਹ ਦੱਸੋ ਕਿ ਇਹ ਪੈਸਾ ਤੁਸੀਂ ਕਦੋਂ ਦੇਵੋਗੇ ਕਿਉਂਕਿ ਅਸੀਂ ਹੋਟਲ ਦੇ ਬਿੱਲ ਵੀ ਦੇਣੇ ਆ ਅਸੀਂ ਹੋਰ ਵੀ ਖਰਚੇ ਕਲੀਅਰ ਕਰਨੇ ਆ ਔਰ ਉਸ ਤੋਂ ਬਾਅਦ ਇਹਨਾਂ ਨੇ ਵਾਪਸ ਚਿੱਠੀ ਲਿਖੀ ਇਸ ਅਥਾਰਟੀ ਨੇ ਨੈਸ਼ਨਲ ਟਾਈਗਰ ਕਨ ਸਰਵੇਸ਼ਨ ਅਥਾਰਟੀ ਨੇ ਵਾਪਸ 12 ਫਰਵਰੀ ਨੂੰ ਚਿੱਠੀ ਲਿਖਦੇ ਆ ਇਸੇ 12 ਫਰਵਰੀ ਇਸੇ ਸਾਲ ਦੀ ਮੈਂ ਗੱਲ ਕਰ ਰਿਹਾ ਇਹ ਕਹਿੰਦੇ ਕਿ ਇਹ ਸਾਰੇ ਦਾ ਸਾਰਾ ਜਿਹੜਾ ਖਰਚਾ ਇਹ ਤਾਂ ਸਟੇਟ ਗਵਰਨਮੈਂਟ ਚੱਲੂਗੀ ਯਾਨੀ ਕਿ ਆਪਸ ਦੇ ਵਿੱਚ ਝਗੜਾ ਪੈ ਗਿਆ ਇਵੈਂਟ ਪ੍ਰਾਈਮ ਮਿਨਿਸਟਰ ਦਾ ਕਰਾਇਆ ਗਿਆ ਬੁਲਾਇਆ ਉਹਨਾਂ ਨੂੰ ਗਿਆ ਤੇ ਆਪਸ ਦੇ ਵਿੱਚ ਦੋਨਾਂ ਦਾ ਝਗੜਾ ਪੈ ਗਿਆ ਕਿ ਪੈਸੇ ਕੌਣ ਦੇਊਗਾ ਉਸ ਤੋਂ ਬਾਅਦ 22 ਮਾਰਚ ਨੂੰ ਇਸੇ 22 ਮਾਰਚ ਨੂੰ ਇੱਕ ਫੇਰ ਚਿੱਠੀ ਲਿਖੀ ਜਾਂਦੀ ਆ ਔਰ ਇਸ ਦੇ ਵਿੱਚ ਯਾਦ ਕਰਵਾਇਆ ਜਾਂਦਾ ਕੇਂਦਰ ਸਰਕਾਰ ਨੂੰ ਕਿ ਤੁਸੀਂ ਪੈਸੇ ਨਹੀਂ ਭੇਜੇ ਸਾਡੇ ਉੱਤੇ ਸਾਰੇ ਖਰਚੇ ਖੜੇ ਪੈਸੇ ਕਦੋਂ ਭੇਜੋਗੇ ਉਸ ਤੋਂ ਬਾਅਦ ਤੁਸੀਂ ਦੇਖੋ 2 ਮਹੀਨੇ ਹੋ ਜਾਂਦੇ ਨੇ ਅੱਜ ਦੀ ਤਰੀਕ ਦੇ ਵਿੱਚ ਜੀਐਮ ਜਿਹੜਾ ਰੈਡਿਸਨ ਪਲਾਜ਼ਾ ਹੋਟਲ ਦਾ ਜੀਐਮ ਹੁੰਦਾ ਉਹ ਫੇਰ ਦੁਬਾਰਾ ਚਿੱਠੀ ਲਿਖਦਾ ਕਿ ਸਾਡੇ ਬਿੱਲ ਕਦੋਂ ਕਲੀਅਰ ਕਰੋਗੇ ਤੇ 21 ਮਈ ਨੂੰ ਫੇਰ ਇੱਕ ਫਾਈਨਲ ਚਿੱਠੀ ਜਾਂਦੀ ਆ ਔਰ ਉਸ ਦੇ ਵਿੱਚ ਇਹ ਹੋਟਲ ਇੱਥੋਂ ਤੱਕ ਕਹਿ ਦਿੰਦਾ ਕਿ ਜੇ ਤੁਸੀਂ ਸਾਡੇ ਪੈਸੇ 1 ਜੂਨ ਤੱਕ 1 ਜੂਨ ਹੋਣਾ ਜਿਸ ਦਿਨ ਆਪਣੇ ਵੋਟਾਂ ਵੀ ਪੈਣੀਆਂ 1 ਜੂਨ ਤੱਕ ਜੇ ਤੁਸੀਂ ਪੈਸੇ ਕਲੀਅਰ ਨਾ ਕੀਤੇ ਸਾਡਾ 80 ਲੱਖ ਤੇ 60000 ਰੁਪਇਆ ਨਾ ਦਿੱਤਾ ਤੇ ਅਸੀਂ ਤੁਹਾਨੂੰ ਕੋਰਟ ਦੇ ਵਿੱਚ ਘੜੀਸਾਂਗੇ ਔਰ ਇਸ ਤੋਂ ਇਲਾਵਾ ਕੱਲੇ ਪੈਸੇ ਨਹੀਂ ਲੈਣੇ ਅਸੀਂ 18 ਫੀਸਦ ਤੁਹਾਡੇ ਤੋਂ سود ਸਮੇਤ ਪੈਸਾ ਵਾਪਸ ਲਵਾਂਗੇ ਇਹ ਹੁਣ ਤੁਸੀਂ ਦੇਖੋ ਕਿ ਤੁਸੀਂ ਇਹ ਪੈਸੇ ਕਲੀਅਰ ਕਰਨੇ ਆ ਕਿ ਨਹੀਂ ਕਰਨੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਇੱਥੋਂ ਤੱਕ ਹੋਟਲ ਨੂੰ ਕਹਿਣਾ ਪਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਸ ਤਰ੍ਹਾਂ ਤਾਂ ਪੈਸੇ ਵਾਪਸ ਹੋਣੇ ਨਹੀਂ ਆਖਿਰਕਾਰ ਉਥੋਂ ਦੀ ਸਟੇਟ ਗਵਰਨਮੈਂਟ ਆ ਅੱਜਕੱਲ ਕਾਂਗਰਸ ਦੀ ਸਰਕਾਰ ਆ ਕਰਨਾਟਕ ਦੇ ਵਿੱਚ ਸਿਧਾਰਮਈਆ ਉਥੋਂ ਦੇ ਮੁੱਖ ਮੰਤਰੀ ਆ ਤੇ ਉਹਨਾਂ ਦੇ ਇੱਕ ਮੰਤਰੀ ਆ ਜਿਹੜੇ ਫੋਰੈਸ ਦੇ ਜੰਗਲਾਤ ਮਹਿਕਮੇ ਦੇ ਮੰਤਰੀ ਆ ਉਹਨਾਂ ਦਾ ਨਾਮ ਹੈਗਾ ਈਸ਼ਵਰ ਖਾਂਦਰੇ ਈਸ਼ਵਰ ਖਾਂਦਰੇ ਨੇ ਇੱਕ ਬਿਆਨ ਦਿੱਤਾ ਇਹ ਬੀਤੇ ਕੱਲ ਹੀ ਬਿਆਨ ਦਿੱਤਾ ਸੋਮਵਾਰ ਨੂੰ ਕਹਿੰਦੇ ਕੋਈ ਗੱਲ ਨਹੀਂ ਸਾਡੇ ਇੱਥੇ ਬੜੇ ਮਹਿਮਾਨ ਆਉਂਦੇ ਆ ਕੇਂਦਰ ਤੋਂ ਵੀ ਸਾਡੇ ਪ੍ਰਧਾਨ ਮੰਤਰੀ ਮਹਿਮਾਨ ਹੀ ਸੀ ਤੇ ਅਸੀਂ ਉਹਨਾਂ ਦਾ ਬਿੱਲ ਤਦ ਤੱਕ ਕਲੀਅਰ ਕਰ ਦਾਂਗੇ ਬਾਅਦ ਦੇ ਵਿੱਚ ਕੇਂਦਰ ਸਰਕਾਰ ਸਾਨੂੰ ਇਹ ਰੀਇੰਬਰਸ ਕਰ ਦੇ ਯਾਨੀ ਕਿ ਸਾਨੂੰ ਬਾਅਦ ਦੇ ਵਿੱਚ ਇਹ ਪੈਸਾ ਦੇ ਦੇ ਫਿਲਹਾਲ ਦੀ ਘੜੀ ਅਸੀਂ ਨਹੀਂ ਚਾਹੁੰਦੇ ਕਿ ਕੋਈ ਹੋਟਲ ਸਾਡੇ ਪ੍ਰਧਾਨ ਮੰਤਰੀ ਤੇ ਕਿਸੇ ਤਰ੍ਹਾਂ ਦਾ ਕੇਸ ਦਰਜ ਕਰੇ ਜਾਂ ਕੇਂਦਰ ਸਰਕਾਰ ਤੇ ਕੋਈ ਕੇਸ ਦਰਜ ਕਰੇ ਇਸ ਕਰਕੇ ਕਰੇ ਕਿ ਤੁਸੀਂ ਬਿੱਲ ਨਹੀਂ ਕਲੀਅਰ ਕੀਤਾ ਸੋ ਇਸ ਕਰਕੇ ਮੈਂ ਤੁਹਾਨੂੰ ਕਹਾਣੀ ਸੁਣਾਈ ਆ ਹੁਣ ਦੇਖੋ ਇਹ ਤਾਂ ਗੱਲ ਹਜੇ ਤੱਕ ਇਹਨਾਂ ਨੇ ਕਹੀ ਆ ਕਿ ਸਟੇਟ ਗਵਰਨਮੈਂਟ ਜਾਂ ਉਥੋਂ ਦੀ ਕਰਨਾਟਕ ਦੀ ਸਰਕਾਰ ਹੁਣ 2 ਦਿਨਾਂ ਦੇ ਵਿੱਚ ਬਿੱਲ ਕਲੀਅਰ ਕਰ ਦੋਗੀ ਵੈਸੇ ਕਰ ਤਾਂ ਦੇਣਾ ਚਾਹੀਦਾ ਐਡੀ ਵੱਡੀ ਕੋਈ ਗੱਲ ਨਹੀਂ ਪਰ ਮੈਂ ਜਿਹੜੀ ਅਸਲੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਤੁਸੀਂ ਕਿਸੇ ਪੋਜੀਸ਼ਨ ਤੇ ਪਹੁੰਚ ਜਾਂਦੇ ਹੋ ਕਿਸੇ ਅਹਿਮ ਅਹੁਦੇ ਤੇ ਪਹੁੰਚ ਜਾਂਦੇ ਹੋ ਚਾਹੇ ਤੁਸੀਂ ਪੁਲਿਸ ਦੀ ਮੈਂ ਤੁਹਾਨੂੰ ਉਦਾਹਰਨ ਦਿੱਤੀ ਸੀ ਅੰਮ੍ਰਿਤਸਰ ਦੀ ਚਾਹੇ ਤੁਹਾਨੂੰ ਪੰਜਾਬ ਦੇ ਕੈਬਨਿਟ ਮੰਤਰੀਆਂ ਦੀ ਉਦਾਹਰਨ ਦਿੱਤੀ ਸੀ ਤੇ ਹੁਣ ਤੁਹਾਨੂੰ ਸਭ ਤੋਂ ਵੱਡੀ ਉਦਾਹਰਨ ਦੇਣਾ ਭਾਰਤ ਦੇ ਪ੍ਰਧਾਨ ਮੰਤਰੀ ਦੀ ਕੀ ਇਹਨਾਂ ਦੀਆਂ ਇਨਸਟਰਕਸ਼ਨਸ ਥੱਲੇ ਡਾਇਰੈਕਸ਼ਨਸ ਕਲੀਅਰ ਨਹੀਂ ਹੁੰਦੀਆਂ ਕਿ ਐਸੀ ਜਿੱਥੇ ਵੀ ਜਾਂਦੇ ਆ ਜੇ ਕੋਈ ਪ੍ਰਾਈਵੇਟ ਚੀਜ਼ ਇਸਤੇਮਾਲ ਕਰਦੇ ਆ ਜਾਂ ਪ੍ਰਾਪਰਟੀ ਦਾ ਇਸਤੇਮਾਲ ਕਰਦੇ ਆ ਤੇ ਉਸ ਦੇ ਬਿੱਲਾਂ ਦਾ ਭੁਗਤਾਨ ਤੁਰੰਤ ਪ੍ਰਭਾਵ ਦੇ ਨਾਲ ਹੋਣਾ ਚਾਹੀਦਾ ਉਸ ਨੂੰ ਖੱਜਲਖਵਰ ਨਹੀਂ ਕਰਨਾ ਚਾਹੀਦਾ ਇੱਥੋਂ ਤੱਕ ਉਹਨੂੰ ਪ੍ਰਵੋਕ ਨਾ ਕਰੋ ਕਿ ਉਹਨੂੰ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਪਵੇ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਅਕਸਰ ਮੈਂ ਤੁਹਾਨੂੰ ਦੱਸਦਾ ਕਿ 103 ਸਾਲ ਤੋਂ ਵੀ ਵੱਧ ਪੁਰਾਣੀ ਔਰ ਜਿਹਨੇ ਮਰਜੈਂਸੀ ਦੇ ਦੌਰਾਨ ਬਹੁਤ ਘਾਲਣਾ ਘਾਲੀ ਜਾਂ ਲੜਾਈ ਲੜੀ ਉਸ ਵਕਤ ਦੀ ਕਾਂਗਰਸ ਸਰਕਾਰ ਦੇ ਨਾਲ ਇੰਦਰਾ ਗਾਂਧੀ ਨੇ ਉਹਨਾਂ ਦਿਨਾਂ ਦੇ ਵਿੱਚ ਮਰਜੈਂਸੀ ਲਾਈ ਸੀ ਮੈਂ 1975 ਦੀ ਗੱਲ ਕਰਦਾ ਬਹੁਤ ਸਾਰੇ ਅਕਾਲੀ ਜ਼ਿਲ੍ਹਿਆਂ 'ਚ ਵੀ ਰਹੇ ਆ ਔਰ ਉਸ ਤੋਂ ਬਾਅਦ ਇਹਨਾਂ ਨੇ ਮੋਰਚੇ ਲਾਏ ਜਾ ਕੇ ਥਾਂ-ਥਾਂ ਤੇ ਮੋਰਚੇ ਲਾਏ ਤਾਂ ਕਿ ਪੰਜਾਬ ਨੂੰ ਵੱਧ ਹੱਕ ਮਿਲਨ ਵੱਧ ਅਧਿਕਾਰ ਮਿਲਨ ਤੇ ਲੇਕਿਨ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਆਉਂਦੇ ਨੇ ਲਗਾਤਾਰ ਪੰਜ ਵਾਰੀ ਮੁੱਖ ਮੰਤਰੀ ਵੀ ਬਣਦੇ ਆ ਰਾਜਨੀਤੀ ਚੱਲਦੀ ਰਹਿੰਦੀ ਆ ਫੇਰ ਇਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠ ਜੋੜ ਵੀ ਹੁੰਦਾ 1996 ਦੇ ਵਿੱਚ ਜਦੋਂ ਪਹਿਲੀ ਵਾਰੀ ਫੇਰ ਦੁਬਾਰਾ ਸਰਕਾਰ ਬਣਦੀ ਆ ਅਤਵਾਦ ਤੋਂ ਬਾਅਦ ਔਰ ਤੀਸਰੀ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਪ੍ਰਕਾਸ਼ ਸਿੰਘ ਬਾਦਲ ਤੇ ਉਦੋਂ ਲੱਗਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਰਾਹ ਫੜ ਲਈਆ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਪਿੱਛੇ ਮੁੜ ਕੇ ਨਹੀਂ ਦੇਖੂਗੀ ਤਰੱਕੀ ਕਰੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੂਬੇ ਦਾ ਹੋਰ ਸੁਧਾਰ ਕਰੂਗੀ ਪਰ ਇਹਨਾਂ ਦਿਨਾਂ ਦੇ ਦੌਰਾਨ 10 ਸਾਲ ਇਹ ਲਗਾਤਾਰ ਸੱਤਾ ਦੇ ਵਿੱਚ ਵੀ ਰਹੀ ਪਰ ਉਸ ਤੋਂ ਬਾਅਦ ਅਚਾਨਕ ਇਹ ਪਟਕ ਜਾਂਦੀ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਹਾਲਤ ਇਹ ਹੋ ਗਈ ਹੈ ਕਿ ਇਸ ਨੂੰ ਆਪਣੀ ਹੋਂਦ ਪਹੁੰਚਾਉਣੀ ਮੁਸ਼ਕਲ ਹੋਈ ਪਈ ਆ ਇਸ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਔਰ ਉਤੋਂ ਆਲਮ ਇਹ ਆ ਕਿ ਇਹਨਾਂ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਮਿਹਨਤੋਂ ਬੜੀ ਕਰ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਬਚਾਓ ਯਾਤਰਾ ਵੀ ਕੀਤੀ ਪਿੰਡ ਪਿੰਡ ਗਏ ਇੰਨੀ ਮਿਹਨਤ ਮੈਂ ਪਹਿਲਾਂ ਉਹਨਾਂ ਨੂੰ ਕਦੇ ਕਰਦੇ ਹੋਏ ਦੇਖਿਆ ਨਹੀਂ ਉਹ ਬਤੌਰ ਸੀਈਓ ਚੀਫ ਐਗਜ਼ੀਕਟਿਵ ਆਫੀਸਰ ਜਿਸ ਤਰ੍ਹਾਂ ਕੰਮ ਕਰਦਾ ਹੁੰਦਾ 에어 ਕੰਡੀਸ਼ਨ ਕਮਰਿਆਂ 'ਚੋਂ ਇਸ ਤਰ੍ਹਾਂ ਦੇ ਕੰਮ ਕਰਨ ਦੀ ਉਹਨਾਂ ਨੂੰ ਆਦਤ ਸੀ ਲੇਕਿਨ ਪਹਿਲੀ ਵਾਰੀ ਉਹਨਾਂ ਨੇ ਜਾ ਕੇ ਜ਼ਮੀਨੀ ਹਕੀਕਤ ਦੇਖੀ ਜ਼ਮੀਨ ਤੇ ਉਹ ਉਤਰੇ ਲੋਕਾਂ ਦੇ ਨਾਲ ਮਿਲੇ ਲੋਕਾਂ ਦੇ ਵਿੱਚ ਵਿਚਰੇ ਪੰਜਾਬ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕੀਤੀ ਇਹਦਾ ਲਾਭ ਕਿੰਨਾ ਖਊਗਾ ਨਹੀਂ ਹੋਊਗਾ ਇਹ ਤਾਂ ਇੱਕ ਵੱਖਰੀ ਗੱਲ ਆ ਪਰ ਇਹਨਾਂ ਦਿਨਾਂ ਦੇ ਦੌਰਾਨ ਉਹਨਾਂ ਦੇ ਸਲਾਹਕਾਰ ਕੁਝ ਇਸ ਤਰ੍ਹਾਂ ਦੇ ਪੈਦਾ ਹੋ ਗਏ ਆ ਉਹ ਸਲਾਹਕਾਰ ਇਹਨਾਂ ਨੂੰ ਕੁਝ ਨਾ ਕੁਝ ਦੱਸ ਦੇ ਦਿੰਦੇ ਨੇ ਕਿ ਕਿਸੇ ਨੂੰ ਪਾਰਟੀ ਚੋਂ ਕੱਢ ਦੋ ਜਾਂ ਕਿਸੇ ਨੂੰ ਤੁਸੀਂ ਪਾਰਟੀ ਦੇ ਵਿੱਚ ਸ਼ਾਮਿਲ ਕਰ ਲਓ ਇਹਨਾਂ ਚੀਜ਼ਾਂ ਦਾ ਕਿੰਨਾ ਕੁ ਅਸਰ ਸ਼੍ਰੋਮਣੀ ਅਕਾਲੀ ਦਲ ਤੇ ਪੈਂਦਾ ਜਾਂ ਇਸ ਦੀ ਪੋਲਿਟਿਕਸ ਤੇ ਸਿਆਸਤ ਤੇ ਪੈਂਦਾ ਉਸ ਨੂੰ ਤੁਸੀਂ ਬਿਹਤਰ ਸਮਝ ਸਕਦੇ ਹੋ ਹੁਣ ਤਾਜ਼ਾ ਇਹਦੀ ਉਦਾਹਰਨ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਆਮ ਤੌਰ ਤੇ ਮੀਡੀਆ ਤੋਂ ਦੂਰ ਰਹਿੰਦੇ ਨੇ ਕਦੇ ਆ ਕੇ ਉਹ ਆ ਕੇ ਬਗੈਰ ਗੱਲ ਦੀਆਂ ਸਟੇਟਮੈਂਟਸ ਟਿੱਪਣੀਆਂ ਪ੍ਰੈਸ ਕਾਨਫਰੰਸਿਸ ਕਾਫੀ ਮੀਡੀਆ ਸ਼ਾਈ ਨੇ ਇਸ ਮਾਮਲੇ ਦੇ ਵਿੱਚ ਚੁੱਪਚਾਪ ਆਪਣਾ ਕੰਮ ਕਰਦੇ ਆ ਕੰਮ ਵਧੀਆ ਕਰਦੇ ਆ ਘਟੀਆਂ ਕਰਦੇ ਆ ਇਹਦਾ ਜਿਹੜਾ ਐਨਾਲਿਸਿਸ ਆ ਜਾਂ ਅੰਕ ਲੈਣਾ ਇਹ ਆਪਾਂ ਵੱਖਰਾ ਕਰ ਸਕਦੇ ਆ ਪਰ ਅਚਾਨਕ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਇਹ ਕਹਿ ਕੇ ਕੱਢਤਾ ਕਹਿੰਦੇ ਜੀ ਇਹ ਪਾਰਟੀ ਦੇ ਖਿਲਾਫ ਗਤੀਵਿਧੀਆਂ ਕਰ ਰਹੇ ਸੀ ਔਰ ਪਾਰਟੀ ਦੇ ਖਿਲਾਫ ਗਤੀਵਿਧੀਆਂ ਪਤਾ ਕੀ ਸੀ ਉਹਨਾਂ ਨੂੰ ਬਾਰ ਬਾਰ ਕਿਹਾ ਜਾ ਰਿਹਾ ਸੀ ਕਿ ਤੁਸੀਂ ਵਿਰਸਾ ਸਿੰਘ ਬਲਟੋਆ ਜਿਹੜੇ ਇਸ ਟਾਈਮ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਉਮੀਦਵਾਰ ਆ ਉਹਨਾਂ ਦੇ ਹੱਕ ਦੇ ਵਿੱਚ ਰੈਲੀ ਕਰੋ ਤੇ ਆਦੇਸ਼ ਪ੍ਰਤਾਪ ਸਿੰਘ ਕਹਿ ਰਹੇ ਅੱਗੋਂ ਕਹਿ ਰਹੇ ਸੀ ਕਿ ਦੇਖੋ ਜੀ ਮੈਂ ਤੰਬੂ ਤੰਬੂ ਤਾਂ ਲਾਏ ਹੋਇਆ ਚਾਹ ਪਾਣੀ ਵੀ ਮੈਂ ਪਿਆਰਿਆ ਪਰ ਜੇ ਤੁਸੀਂ ਮੈਨੂੰ ਕਹੋ ਕਿ ਮੈਂ ਰੈਲੀ ਕੋਈ ਵੱਡੀ ਕਰ ਦੂੰਗਾ ਰੈਲੀ ਮੇਰੇ ਤੋਂ ਵੱਡੀ ਹੋਣੀ ਨਹੀਂ ਤੇ ਜੇ ਕੱਲ ਨੂੰ ਸਾਡੀ ਮੇਰੇ ਹਲਕੇ ਚੋਂ ਪੱਟੀ ਚੋਂ ਦੇਸ਼ ਪ੍ਰਤਾਪ ਸਿੰਘ ਕਹਿਰੋ ਪੱਟੀ ਤੋਂ ਨੇ ਤੇ ਜੇ ਮੇਰੇ ਹਲਕੇ ਚੋਂ ਹੀ ਸਾਡੀ ਜ਼ਮਾਨਤ ਜ਼ਬਤ ਹੋ ਗਈ ਤੇ ਫਿਰ ਤੁਸੀਂ ਆਪ ਹੀ ਦੱਸੋ ਆਪਣਾ ਕੀ ਰਹੂਗਾ ਆਪਾਂ ਪਹਿਲਾਂ ਥੋੜਾ ਪਾਰਟੀ ਨੂੰ ਉਭਾਰ ਲਈਏ ਤੇ ਰੈਲੀਆਂ ਤਾਂ ਮੈਂ ਜਿੰਨੀ ਮਰਜ਼ੀ ਕਰ ਦੂੰਗਾ ਇਸ ਗੱਲ ਨੂੰ ਨਾ ਤਾਂ ਵਿਰਸਾ ਸਿੰਘ ਬਲਟੋਆ ਨੇ ਪਸੰਦ ਕੀਤਾ ਤੇ ਨਾ ਹੀ ਇਹਨਾਂ ਦੇ ਹੋਰ ਇੱਕ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੇ ਅੱਜ ਤੱਕ ਵੈਸੇ ਕਦੇ ਲੋਕ ਸਭਾ ਦੀ ਸੀਟ ਲੜੀ ਨਹੀਂ ਆ ਚੋਣ ਲੜੀ ਨਹੀਂ ਆ ਹਮੇਸ਼ਾ ਰਾਜ ਸਭਾ ਤੋਂ ਹੀ ਨਾਮਿਨੇਟ ਹੁੰਦੇ ਰਹੇ ਬੈਠੇ ਬਿਠਾਏ ਆਪਣੀ ਸਿਆਸਤ ਕਰਦੇ ਰਹੇ ਰਾਜ ਸਭਾ ਦੇ ਵਿੱਚ ਵੀ ਬਲਵਿੰਦਰ ਸਿੰਘ ਭੁੰਦਰ ਦੀ ਕੋਈ ਬਹੁਤ ਵਧੀਆ ਭੂਮਿਕਾ ਰਹੀ ਹੋਵੇ ਮੈਨੂੰ ਤਾਂ ਯਾਦ ਨਹੀਂ ਆਉਂਦਾ ਵੈਸੇ ਤੁਸੀਂ ਯਾਦ ਕਰਵਾ ਦਿਓ ਕਿ ਇਹਨਾਂ ਨੇ ਸਵਾਲ ਬਹੁਤ ਪੁੱਛੇ ਆ ਇਹਨਾਂ ਨੇ ਜਾ ਕੇ ਉੱਥੇ ਪੰਜਾਬ ਦੇ ਮਸਲੇ ਬੋਲ ਚੁੱਕੇ ਆ ਪਰ ਇਹ ਪਿਛਲੇ ਦਿਨਾਂ ਦੇ ਵਿੱਚ ਬਲਵਿੰਦਰ ਸਿੰਘ ਭੁੰਦਰ ਵਰਗੇ ਵਿਅਕਤੀ ਬੜੇ ਗੁੱਸੇ ਹੋਗੇ ਕਹਿੰਦੇ ਜੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਰੈਲੀ ਨਹੀਂ ਕਰ ਰਹੇ ਇਹ ਤਾਂ ਪਾਰਟੀ ਦੇ ਖਿਲਾਫ ਗਤੀਵਿਧੀ ਆ ਜਾਂ ਪਾਰਟੀ ਦੇ ਵਿਰੁੱਧ ਐਕਟੀਵਿਟੀ ਆ ਇਸ ਕਰਕੇ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜਾਵੇ ਹੁਣ ਤੁਸੀਂ ਦੇਖੋ ਇਸ ਗੱਲ ਨੂੰ ਵਿਰਸਾ ਸਿੰਘ ਬਲਟੋਆ ਨੇ ਵੀ ਇੱਕ ਤਰ੍ਹਾਂ ਸਪੋਰਟ ਕੀਤਾ ਇਹਦੀ ਥੋੜੀ ਜਿਹੀ ਬੈਕਗ੍ਰਾਉਂਡ ਵੀ ਮੈਂ ਤੁਹਾਨੂੰ ਦੱਸ ਦਿੰਨਾ ਸਨ 2022 ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਇਹ ਲੱਗਦਾ ਸੀ ਜਾਂ ਇਹਨਾਂ ਦੇ ਪਰਿਵਾਰ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਮੈਨੂੰ ਪੱਕਾ ਯਕੀਨ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਭੈਣ ਪ੍ਰਨੀਤ ਕੌਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਨਾਲ ਵਿਆਹੀ ਆ ਤੇ ਇਹ ਉਹ ਫੈਮਿਲੀ ਆ ਕੈਰੋ ਫੈਮਿਲੀ ਪ੍ਰਤਾਪ ਸਿੰਘ ਕੈਰੋਂ ਦੀ ਫੈਮਿਲੀ ਆ ਔਰ ਪ੍ਰਤਾਪ ਸਿੰਘ ਕੈਰੋ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਦਾਦਾ ਸੀ ਮੁੱਖ ਮੰਤਰੀ ਸੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਉਹਨਾਂ ਨੂੰ ਕਾਫੀ ਸਨਮਾਨ ਮਿਲਦਾ ਕਿ ਉਹਨਾਂ ਨੇ ਵਧੀਆ ਕੰਮ ਕੀਤਾ ਇਹਦਾ ਬਾਅਦ ਦੇ ਵਿੱਚ ਉਹਨਾਂ ਦਾ ਕਤਲ ਹੋ ਗਿਆ ਖੈਰ ਉਹ ਇੱਕ ਵੱਖਰੀ ਗੱਲ ਆ ਹੁਣ ਤੁਸੀਂ ਦੇਖੋ ਬੈਣ ਜਿਹੜੀ ਸਨ 2022 ਦੀ ਗੱਲ ਦੱਸ ਰਿਹਾ ਉਦੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਬਾਰੇ ਇਹ ਗੱਲਾਂ ਹੋ ਰਹੀਆਂ ਸੀ ਕਿ ਜਿਹੜੀ ਇੱਥੋਂ ਦੀ ਸੀਟ ਆ ਉਹ ਸਾਡੇ ਕਿਸੇ ਪਰਿਵਾਰ ਦੇ ਬੰਦੇ ਨੂੰ ਮਿਲਣੀ ਚਾਹੀਦੀ ਆ ਪਰ ਇਸ ਤਰ੍ਹਾਂ ਹੋਇਆ ਨਹੀਂ ਬਲਕਿ ਵਿਰਸਾ ਸਿੰਘ ਬਲਟੋਆ ਵੀ ਉਦੋਂ ਚੋਣ ਹਾਰ ਗਏ ਸੀ ਇਹਨਾਂ ਨੇ ਤਾਂ ਖੈਰ ਚੋਣ ਹਾਰਨੀ ਹਾਰਨੀ ਸੀ ਲੇਕਿਨ ਇਸ ਸਾਰੀ ਦੀ ਜਿਹੜੀ ਜਿਹੜਾ ਖਮਿਆਜ਼ਾ ਸੀ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਭੁਗਤਣਾ ਪੈ ਰਿਆ ਸੀ ਔਰ ਆਪਸ ਦੇ ਵਿੱਚ ਲਗਾਤਾਰ ਲੜਾਈ ਚੱਲ ਰਹੀ ਸੀ ਔਰ ਤੁਸੀਂ ਇੱਕ ਚੀਜ਼ ਹੋਰ ਦੇਖੋ ਕਿਸੇ ਵਕਤ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਹੀ ਮਾਝ ਦਾ ਜਰਨੈਲ ਕਿਹਾ ਜਾਂਦਾ ਸੀ ਜਿਹੜੀ ਬਾਅਦ ਦੇ ਵਿੱਚ ਇਹ ਪਦਵੀ ਇਹ ਪਦਵੀ ਕਹ ਲੋ ਕਿਸੇ ਤਰ੍ਹਾਂ ਦਾ ਵੀ ਜਦੋਂ ਕਿਸੇ ਨੂੰ ਟਾਈਟਲ ਦੇ ਦਿੱਤਾ ਜਾਵੇ ਇਹੀ ਟਾਈਟਲ ਬਾਅਦ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਦੇਣਾ ਸ਼ੁਰੂ ਕਰਤਾ ਮਾਝ ਦੇ ਜਰਨੈਲ ਉਹ ਬਣ ਕੇ ਬੈਠ ਗਏ ਇਸ ਤਰ੍ਹਾਂ ਜਦੋਂ ਹੁਣ ਆਦੇਸ਼ ਪ੍ਰਤਾਪ ਸਿੰਘ ਨੂੰ ਕੱਢਿਆ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਤੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਤੋਂ ਪੁੱਛਿਆ ਵੀ ਕੁਝ ਪੱਤਰਕਾਰਾਂ ਨੇ ਕਿ ਤੁਸੀਂ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਕਿਉਂ ਕੱਢਤਾ ਕੀ ਕਾਰਨ ਆ ਤੇ ਉਹਨਾਂ ਦਾ ਜਵਾਬ ਪਤਾ ਕੀ ਸੀ ਕਹਿੰਦੇ ਤੁਸੀਂ ਇਸ ਵਿੱਚ ਨਾ ਪਵੋ ਇਹ ਸਾਡੇ ਪਰਿਵਾਰ ਦੀ ਲੜਾਈ ਆ ਦੇਖੋ ਨਾਲੇ ਜਦੋਂ ਪੱਤਰਕਾਰਾਂ ਨੇ ਇਹ ਪੁੱਛਿਆ ਕਿ ਸੁਖਬੀਰ ਸਿੰਘ ਬਾਦਲ ਨੇ ਠੀਕ ਕੀਤਾ ਜਾਂ ਗਲਤ ਕੀਤਾ ਕਹਿੰਦੇ ਦੇਖੋ ਜੀ ਉਹ ਮੇਰਾ ਭਾਈਆ ਮੈਂ ਆਪਣੇ ਭਾਈਏ ਦੇ ਖਿਲਾਫ ਕਿਸ ਤਰ੍ਹਾਂ ਬੋਲਾਂ ਤੇ ਜਿਹੜੇ ਆਦੇਸ਼ ਪ੍ਰਤਾਪ ਸਿੰਘ ਕੈਰੋ ਆ ਮੇਰੇ ਭਾਈਏ ਦੇ ਭਾਈਆ ਤੇ ਉਹਨਾਂ ਦੇ ਖਿਲਾਫ ਤਾਂ ਮੈਂ ਬਿਲਕੁਲ ਬੋਲ ਹੀ ਨਹੀਂ ਸਕਦਾ ਇਸ ਤਰ੍ਹਾਂ ਕਹਿ ਕੂ ਕੇ ਉਹਨਾਂ ਨੇ ਆਪਣਾ ਪਿੱਛਾ ਛੁਡਾਇਆ ਪਰ ਕੀ ਵਿਕਰਮ ਸਿੰਘ ਮਜੀਠੀਆ ਨੂੰ ਇਹ ਗੱਲ ਪਤਾ ਨਹੀਂ ਕਿ ਇਹ ਉਹਨਾਂ ਦੇ ਕੱਲੇ ਪਰਿਵਾਰ ਦਾ ਮਸਲਾ ਨਹੀਂ ਇਹ ਪਾਰਟੀ ਦਾ ਮਸਲਾ ਜੇ ਤੁਸੀਂ ਇੱਥੇ ਇਹਨੂੰ ਪਰਿਵਾਰ ਦਾ ਮਸਲਾ ਬਣਾ ਕੇ ਵੇਜੋਗੇ ਤੇ ਫਿਰ ਇਹ ਗੱਲ ਕਿੱਧਰ ਨੂੰ ਜਾਂਦੀ ਆ ਸੁਖਦੇਵ ਸਿੰਘ ਢੀਂਸਾ ਆਲਰੇਡੀ ਨਾਰਾਜ਼ ਹੋ ਚੁੱਕੇ ਆ ਉਹਨਾਂ ਨੇ ਕਿਹਾ ਕਿ ਇਹ ਬਹੁਤ ਮੰਦ ਭਾਗੀ ਗੱਲ ਆ ਜਦੋਂ ਤੋਂ ਸੁਖਦੇਵ ਸਿੰਘ ਢੀਂਸਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਜੁਆਇਨ ਕੀਤਾ ਇਹ ਦੂਸਰਾ ਮੌਕਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਨਾਰਾਜ਼ ਹੋਣ ਦਾ ਪਹਿਲਾ ਮੌਕਾ ਉਦੋਂ ਸੀ ਜਦੋਂ ਉਹਨਾਂ ਦੇ ਮੁੰਡੇ ਨੂੰ ਪਰਮਿੰਦਰ ਸਿੰਘ ਢੀਂਡ ਸਾਨੂੰ ਟਿਕਟ ਨਹੀਂ ਦਿੱਤੀ ਉਦੋਂ ਵੀ ਇਹ ਪਰਿਵਾਰ ਚੁੱਪ ਕਰਕੇ ਬਹਿ ਗਿਆ ਕਹਿੰਦੇ ਇੱਕ ਪਾਸੇ ਤਾਂ ਤੁਸੀਂ ਸਾਨੂੰ ਰੋਣਾ ਲਿਆ ਦੂਸਰੇ ਪਾਸੇ ਤੁਸੀਂ ਸਾਡੀ ਬਾਤ ਨਹੀਂ ਪੁੱਛਦੇ ਸਾਨੂੰ ਇੱਜ਼ਤ ਸਤਿਮਾਨ ਨਹੀਂ ਦਿੰਦੇ ਤੇ ਤੀਸਰੀ ਇੱਕ ਹੋਰ ਇਹਦੇ ਵਿੱਚ ਗੱਲ ਆਉਂਦੀ ਹੈ ਬੀਬੀ ਜਗੀਰ ਕੌਰ ਦੀ ਬੀਬੀ ਜਗੀਰ ਕੌਰ ਦਾ ਮੈਂ ਬਿਆਨ ਪੜ੍ਹ ਰਿਹਾ ਸੀ ਬੜਾ ਲਪਿਆ ਤੁਲਿਆ ਬਿਆਨ ਸੀ ਉਹ ਕਹਿੰਦੇ ਦੇਖੋ ਇਹ ਗੱਲ ਠੀਕ ਨਹੀਂ ਹੈ ਕਿਉਂਕਿ ਇਹ ਗੱਲ ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਇਹਦੇ ਨਾਲ ਮੈਂ ਕਿਸੇ ਦੀ ਆਲੋਚਨਾ ਕਰ ਰਹੀ ਹਾਂ ਪਰ ਮੈਨੂੰ ਫਿਕਰ ਆ ਕਿ ਜਿਹੜਾ ਸਾਡਾ ਪ੍ਰਧਾਨ ਇੰਨੀ ਮਿਹਨਤ ਕਰਦਾ ਫਿਰਦਾ ਔਰ ਜਿਹੜੇ ਲੋਕ ਉਹਨਾਂ ਦੇ ਕੰਨ ਭਰ ਕੇ ਇਸ ਤਰ੍ਹਾਂ ਦੇ ਡਿਸੀਜਨ ਜਾਂ ਫੈਸਲੇ ਉਹਨਾਂ ਤੋਂ ਦਵਾ ਦਿੰਦੇ ਨੇ ਉਹ ਪਾਰਟੀ ਨੂੰ ਕਮਜ਼ੋਰ ਕਰ ਰਹੇ ਆ ਉਹ ਪਾਰਟੀ ਜਦੋਂ ਪ੍ਰਧਾਨ ਕਮਜ਼ੋਰ ਹੋਊਗਾ ਪਾਰਟੀ ਕਮਜ਼ੋਰ ਹੋਊਗੀ ਤੇ ਫਿਰ ਤੁਸੀਂ ਆਪ ਦੇਖੋ ਇੰਨੇ 100 ਸਾਲ ਤੋਂ ਵੀ ਵੱਧ ਪੁਰਾਣੀ ਪਾਰਟੀ ਦਾ ਕੀ ਬਣੂਗਾ ਕਿੱਥੇ ਜਾਊਗੀ ਇਹ ਪਾਰਟੀ ਜਿਹੜੀ ਪਾਰਟੀ ਦੇ ਬਿਨਾਂ ਇਸ ਰੀਜਨ ਦੀ ਇਸ ਖਿੱਤੇ ਦੀ ਇਸ ਪੰਜਾਬ ਦੀ ਕਦੇ ਸਿਆਸਤ ਨਹੀਂ ਸੀ ਚੱਲਦੀ ਤੇ ਅੱਜ ਉਹ ਪਾਰਟੀ ਬਿਲਕੁਲ ਹਾਸ਼ੀਏ ਤੇ ਜਾ ਚੁੱਕੀ ਆ ਕਦੇ ਆਪਾਂ ਕਿਸੇ ਨੂੰ ਕੱਢ ਦਿੰਨੇ ਆ ਕਦੇ ਆਪਾਂ ਕਿਸੇ ਨੂੰ ਲੈ ਆਉਨੇ ਆ ਕਦੇ ਆਪਾਂ ਆਪਣੇ ਪਰਿਵਾਰ ਦੇ ਬੰਦੇ ਨੂੰ ਕੱਢ ਦਿੰਨੇ ਆ ਇੱਕ ਗੱਲ ਹੋਰ ਜਿਹੜੀ ਅੰਦਰੋਂ ਆ ਰਹੀ ਆ ਕਿ ਜੇ ਸਿਕੰਦਰ ਸਿੰਘ ਮਲੂਕਾ ਨੂੰ ਬਰਦਾਸ਼ਤ ਕੀਤਾ ਜਾ ਸਕਿਆ ਤੁਹਾਨੂੰ ਪਤਾ ਹੀ ਹੈ ਸਿਕੰਦਰ ਸਿੰਘ ਮਲੂਕਾ ਦੀ ਨੋ ਚਲੇ ਗਿਆ ਪਰਮਪਾਲ ਕੌਰ ਸਿੱਧੂ ਭਾਜਪੀ ਦੇ ਵਿੱਚ ਉਹਨਾਂ ਦਾ ਆਪਣਾ ਮੁੰਡਾ ਗੁਰਪ੍ਰੀਤ ਸਿੰਘ ਮਲੂਕਾ ਚਲਾ ਗਿਆ ਤੇ ਇਹਨਾਂ ਦਿਨਾਂ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਪਾਰਟੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਰਾਪਤਾ ਨਹੀਂ ਰੱਖ ਰਹੇ ਬਲਕਿ ਪਾਰਟੀ ਦਾ ਕੋਈ ਪ੍ਰਚਾਰ ਨਹੀਂ ਕਰ ਰਹੇ ਕਈ ਵਾਰੀ ਉਹਨਾਂ ਨੂੰ ਵੀ ਕਿਹਾ ਗਿਆ ਕਿ ਰੈਲੀਆਂ ਕਰੋ ਤੁਸੀਂ ਬੈਠਕਾਂ 'ਚ ਨਹੀਂ ਆਉਂਦੇ ਮੀਟਿੰਗਾਂ 'ਚ ਨਹੀਂ ਆਉਂਦੇ ਚੁੱਪਾ ਹੋ ਤੇ ਦੂਸਰੇ ਪਾਸੇ ਸਿਕੰਦਰ ਸਿੰਘ ਮਲੂਕਾ ਸ਼ਰੋਮਣੀ ਅਕਾਲੀ ਦਲ ਦੀ ਗਲੇ ਦੀ ਹੱਡੀ ਬਣੇ ਹੋਏ ਆ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕੀ ਇਹਨਾਂ ਦੇ ਖਿਲਾਫ ਕਾਰਵਾਈ ਕਰੀਏ ਤੇ ਜੇ ਹੁਣ ਕਾਰਵਾਈ ਕਰਤੀ ਜੇ ਇਹਨਾਂ ਦਿਨਾਂ ਦੇ ਵਿੱਚ ਕਾਰਵਾਈ ਕਰਤੀ ਤੇ ਜਿਹੜੀ ਬਠਿੰਡੇ ਦੀ ਸੀਟ ਫਸੀ ਹੋਈ ਆ ਜਿੱਥੋਂ ਹਰਸਿਮਰਤ ਕੌਰ ਬਾਦਲ ਲੜ ਰਹੇ ਨੇ ਉਸ ਸੀਟ ਦਾ ਕੀ ਬਣੂ ਕਿਉਂਕਿ ਜੇ ਉਹਨਾਂ ਨੂੰ ਕੱਢਤਾ ਯਾਨੀ ਕਿ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਤਾ ਨਾਲ ਦੀ ਨਾਲ ਖੁੱਲ ਕੇ ਬੋਲਣ ਲੱਗ ਜਾਣਗੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਜਾਣਗੇ ਤੇ ਫਿਰ ਜਿਹੜੀਆਂ ਵੋਟਾਂ ਉਹਨਾਂ ਦੇ ਨਾਲ ਦੌਰਚਾਰ ਜੁੜੀਆਂ ਇਸ ਭਲੇਖੇ ਦੇ ਨਾਲ ਕਿ ਉਹ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਆ ਉਹਨਾਂ ਵੋਟਾਂ ਦਾ ਕੀ ਬਣੂ ਤੇ ਜੇ ਉਹਨਾਂ ਨੂੰ ਬਰਦਾਸ਼ਤ ਕੀਤਾ ਜਾ ਸਕਦਾ ਸੀ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਕਿਉਂ ਨਹੀਂ ਸੀ ਬਰਦਾਸ਼ਤ ਕੀਤਾ ਜਾ ਸਕਦਾ ਕੀ ਇਸ ਸਾਰੀ ਗੱਲ ਪਿੱਛੇ ਕੋਈ ਸਾਜ਼ਿਸ਼ ਆ ਤੁਹਾਨੂੰ ਯਾਦ ਹੋਣਾ ਕੁਲਦੀਪ ਸਿੰਘ ਢਾਲੀਵਾਂ ਹੁਣ ਤੁਸੀਂ ਕਹੋਗੇ ਕੁਲਦੀਪ ਸਿੰਘ ਢਾਲੀਵਾਲ ਤਾਂ ਕੈਬਨਿਟ ਮੰਤਰੀ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਉਹਨਾਂ ਦਾ ਜ਼ਿਕਰ ਕਿਵੇਂ ਆ ਗਿਆ ਉਹਨਾਂ ਦਾ ਜ਼ਿਕਰ ਇਸ ਕਰਕੇ ਆ ਗਿਆ ਕਿਉਂਕਿ ਜੇ ਕੋਈ ਪਾਰਟੀ ਔਰ ਖਾਸ ਤੌਰ ਤੇ ਸਭ ਤੋਂ ਪੁਰਾਣੀ ਪਾਰਟੀ ਕਿਸੇ ਕ੍ਰਾਈਸਿਸ ਦੇ ਵਿੱਚ ਹੋਵੇ ਤੇ ਫਿਰ ਵਿਰੋਧੀਆਂ ਨੂੰ ਵੀ ਮੌਕਾ ਮਿਲ ਜਾਂਦਾ ਉਹਨਾਂ ਨੇ ਇੱਥੋਂ ਤੱਕ ਖਹਿਤਾ ਕਹਿੰਦੇ ਦੇਖੋ ਜੀ ਹੁਣ ਤਾਂ ਆਦੇਸ਼ ਪ੍ਰਤਾਪ ਸਿੰਘ ਕੈਰਨ ਨੂੰ ਕੱਢਿਆ ਆਉਣ ਵਾਲੇ ਦਿਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਚੋਂ ਕੱਢ ਦੇਣਾ ਯਾਨੀ ਕਿ ਹੈ ਤਾਂ ਕੱਸ ਰਿਆ ਤੰਜ ਲੈ ਤਾਂ ਉਹ ਰਿਆ ਮਜ਼ੇ ਪਰ ਕੰਨੂ ਕਿਤੇ ਇਹ ਸੱਚ ਤਾਂ ਨਹੀਂ ਹੋ ਜੋ ਤੁਸੀਂ ਯਾਦ ਕਰੋ ਜਿਨ੍ਹਾਂ ਦਿਨਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸੀ ਜਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਵਾਰੀ ਸਨ 2007 ਦੇ ਵਿੱਚ ਸਰਕਾਰ ਬਣਾਉਂਦੇ ਆ ਔਰ ਲਗਾਤਾਰ 10 ਸਾਲ ਸਰਕਾਰ ਦੇ ਵਿੱਚ ਰਹਿੰਦੇ ਆ ਉਹਨਾਂ ਦਿਨਾਂ ਦੇ ਵਿੱਚ ਇਹ ਚਰਚਾ ਆਮ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਪੋਲਿਟਿਕਸ ਬਾਰੇ ਸਿਆਸਤ ਬਾਰੇ ਬੜੀ ਸਮਝ ਆ ਉਹਨਾਂ ਦਾ ਪਾਰਟੀ ਉੱਤੇ ਬੜਾ ਕੰਟਰੋਲ ਆ ਪਾਰਟੀ ਉਹਨਾਂ ਨੂੰ ਸਮਝਦੀ ਆ ਉਹਨਾਂ ਦੀ ਗੱਲ ਮੰਨਦੀ ਆ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਉਹ ਕਦੇ ਵੀ ਪਾਸੇ ਕਰਕੇ ਪਾਰਟੀ ਦੀ ਸੱਤਾ ਜਾਂ ਪਾਰਟੀ ਦੀ ਕਮਾਂਡ ਆਪ ਸਮਝ ਸਕਦੇ ਇਹ ਗੱਲਾਂ ਤੁਸੀਂ ਵੀ ਕਰਦੇ ਰਹੇ ਹੋ ਅਸੀਂ ਵੀ ਇਹਨਾਂ ਗੱਲਾਂ ਉੱਤੇ ਚਰਚਾਵਾਂ ਕਰਦੇ ਰਹੇ ਆ ਤੇ ਸਾਨੂੰ ਲੱਗਦਾ ਸੀ ਕਈ ਲੋਕਾਂ ਨੂੰ ਲੱਗਦਾ ਸੀ ਕਿ ਇਹ ਗੱਲ ਹੋ ਨਹੀਂ ਸਕਦੀ ਪਰ ਰਿਸ਼ਤੇ ਕਦੋਂ ਵਿਗੜ ਜਾਣ ਕਿਸੇ ਵੀ ਪਾਰਟੀ ਦੇ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਦੇ ਤੁਸੀਂ ਸੋਚਿਆ ਸੀ ਕਿ ਸੁਖਬੀਰ ਸਿੰਘ ਬਾਦਲ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਚੋਂ ਕੱਢ ਦੇਣਗੇ ਇਹਨਾਂ ਚੀਜ਼ਾਂ ਦੇ ਨਾਲ ਰਿਸ਼ਤੇ ਪਾਰਟੀ ਦੇ ਵੀ ਵਿਗੜਦੇ ਆ ਰਿਸ਼ਤੇ ਇਸ ਪਰਿਵਾਰ ਦੇ ਵੀ ਵਿਗੜਦੇ ਆ ਔਰ ਪਾਰਟੀ ਨੂੰ ਦੁਬਾਰਾ ਖੜਾ ਕਰਨਾ ਕੋਈ ਸੌਖਾ ਨਹੀਂ ਹੋ ਗਿਆ ਖਾਸ ਤੌਰ ਤੇ ਉਦੋਂ ਜਦੋਂ ਪਾਰਟੀ ਉਤੇ ਚਾਰੇ ਤਰਫੋਂ ਹਮਲੇ ਹੋ ਰਹੇ ਹੁਣ ਆਮ ਆਦਮੀ ਪਾਰਟੀ ਤਾਂ ਰੋਜ਼ ਕਹਿੰਦੀ ਹੈ ਕਿ ਪਾਰਟੀ ਖਤਮ ਹੋਊਗੀ ਕਾਂਗਰਸ ਵੀ ਹਮਲੇ ਕਰ ਰਹੀ ਆ ਹੋਰ ਪਾਰਟੀਆਂ ਵੀ ਹਮਲੇ ਕਰ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਲਗਾਤਾਰ ਮੌਕਾ ਮਿਲਿਆ ਹੋਇਆ ਆਪ ਪਿੱਛੇ ਦੇ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਹੋਏ ਸੀ ਉਹ ਤਾਂ ਕਹਿ ਗਏ ਆ ਕਹਿੰਦੇ ਜਿਹੜੀ ਪਾਰਟੀ ਇਹ ਪ੍ਰਕਾਸ਼ ਸਿੰਘ ਬਾਦਲ ਹੋਣਾ ਵੇਲੇ ਹੁੰਦੀ ਸੀ ਉਹ ਪਾਰਟੀ ਨਹੀਂ ਰਹੀ ਉਹ ਲੀਡਰਸ਼ਿਪ ਨਹੀਂ ਰਹੀ ਸੋ ਹਮਲੇ ਇੱਕ ਪਾਸੇ ਨਹੀਂ ਹੋ ਰਹੇ ਚਾਰੋਂ ਪਾਸੇ ਹੋ ਰਹੇ ਆ ਤੇ ਇਸ ਪਾਰਟੀ ਨੂੰ ਜੇ ਕ੍ਰਾਈਸਿਸ ਦੇ ਵਿੱਚ ਲੈ ਕੇ ਆਉਣ ਦੀ ਜ਼ਿੰਮੇਵਾਰੀ ਵੀ ਉਹਨਾਂ ਲੋਕਾਂ ਤੇ ਹੀ ਆ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਕੰਨ ਪਰਦੇ ਆ ਲੋਕ ਸਭਾ ਦੀਆਂ ਚੋਣਾਂ ਸਿਰ ਚੜ ਕੇ ਬੋਲ ਰਹੀਆਂ ਇਹ ਤਾਂ ਆਪਾਂ ਨੂੰ ਪਤਾ ਹੀ ਆ ਸਾਰੇ ਪਾਰਟੀਆਂ ਦੇ ਜਿੰਨੇ ਨੈਸ਼ਨਲ ਲੀਡਰਸ ਨੇ ਜਾਂ ਮੁੱਖ ਮੰਤਰੀ ਨੇ ਉਹ ਪੰਜਾਬ ਤੁਰੇ ਫਿਰਦੇ ਆ ਚੋਣ ਪ੍ਰਚਾਰ ਕਰੀ ਜਾਂਦੇ ਆ ਚਾਹੇ ਉਹਨਾਂ ਦਾ ਨਾਂ ਕਿਸੇ ਨੂੰ ਪਤਾ ਨਹੀਂ ਪਤਾ ਕਈ ਵਾਰੀ ਤਾਂ ਲੋਕ ਉੱਥੇ ਪੁੱਛਦੇ ਆ ਕਿ ਹੈ ਕੌਣ ਆ ਜਿਹੜਾ ਸਾਨੂੰ ਸੰਬੋਧਨ ਕਰੀ ਜਾ ਰਿਹਾ ਪੁਸ਼ਕਰ ਸਿੰਘ ਧਾਮੀ ਨਾਮ ਤਾਂ ਸ਼ਾਇਦ ਤੁਸੀਂ ਕੁਝ ਚੰਦ ਲੋਕਾਂ ਨੇ ਸੁਣਿਆ ਹੋਣਾ ਇਹ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦੇ ਇਹ ਵੀ ਅੱਜਕੱਲ ਪਹੁੰਚੇ ਹੋਏ ਆ ਚੋਣ ਪ੍ਰਚਾਰ ਕਰੀ ਜਾਂਦੇ ਆ ਰਾਜਸਥਾਨ ਦੇ ਵੀ ਇੱਕ ਨਵੇਂ ਮੁੱਖ ਮੰਤਰੀ ਆ ਭਜਨ ਲਾਲ ਸ਼ਰਮਾ ਉਹਨਾਂ ਦਾ ਨਾਂ ਉਹ ਵੀ ਭਾਰਤੀ ਜਨਤਾ ਪਾਰਟੀ ਆ ਉਹ ਵੀ ਪ੍ਰਚਾਰ ਕਰਨ ਜਾ ਰਹੇ ਆ ਤੇ ਜਿਹੜੇ ਲੋਕ ਸੁਣਦੇ ਜਾਂਦੇ ਨੇ ਉਹਨਾਂ ਨੂੰ ਉਹ ਪੁੱਛਦੇ ਇੱਕ ਦੂਸਰੇ ਨੂੰ ਕਿ ਆਪਾਂ ਸੁਣ ਕੇ ਕਿਹਨੂੰ ਆ ਗਏ ਖੈਰ ਇਹਨਾਂ ਨੂੰ ਲੱਗਦਾ ਕਿ ਸਾਡੇ ਪ੍ਰਚਾਰ ਕਰਨ ਦੇ ਨਾਲ ਸਾਡੀ ਭਾਸ਼ਣ ਦੇਣ ਦੇ ਨਾਲ ਸਾਡੀਆਂ ਸਪੀਚਸ ਦੇ ਨਾਲ ਸ਼ਾਇਦ ਇਹ ਲੋਕੀ ਪ੍ਰਭਾਵਿਤ ਹੋ ਜਾਣਗੇ ਇਹ ਕਿਵੇਂ ਲੋਕ ਆਉਂਦੇ ਨੇ ਕਿਵੇਂ ਬੁਲਾਏ ਜਾਂਦੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਕਰਨਾ ਇਸ ਤੋਂ ਇਲਾਵਾ ਨਿਰਮਲਾ ਸੀਤਾਰਮਨ ਵੀ ਆ ਰਹੇ ਆ ਭਾਰਤ ਦੇ ਫਾਈਨੈਂਸ ਮਿਨਿਸਟਰ ਆ ਅੱਜਕੱਲ ਤਾਂ ਕੇਅਰ ਟੇਕਰ ਗਵਰਨਮੈਂਟ ਆ ਏ ਆ ਰਹੇ ਨੇ ਰਵਨੀਤ ਸਿੰਘ ਬਿੱਟੂ ਦਾ ਪ੍ਰਚਾਰ ਕਰਨ ਕਹਿੰਦੇ ਜੀ ਪਿੱਛੇ ਰਹਿ ਗਏ ਇਹਨਾਂ ਨੂੰ ਵੋਟਾਂ ਵੱਧ ਦਿਵਾਉਣੀਆਂ ਇਸੇ ਤਰ੍ਹਾਂ ਤੁਸੀਂ ਦੇਖੋ ਸਮ੍ਰਿਤੀ ਇਰਾਨੀ ਇਹ ਵੀ ਕੇਂਦਰ ਦੀ ਮੰਤਰੀ ਆ ਵੈਸੇ ਆਪਣੀ ਸੀਟ ਉਹਨਾਂ ਦੀ ਫਸੀ ਹੋਈ ਆ ਉੱਥੇ ਮੀਠੀ ਦੇ ਵਿੱਚ ਉੱਥੇ ਕਿਸ਼ੋਰੀ ਲਾਲ ਸ਼ਰਮਾ ਤੋਂ ਸ਼ਾਇਦ ਹਾਰ ਹੀ ਨਾ ਜਾਣ ਪਰ ਇੱਥੇ ਆ ਕੇ ਇਹ ਸੰਜੇ ਟੰਡਨ ਲਈ ਵੋਟਾਂ ਮੰਗ ਰਿਹਾ ਕਹਿੰਦੇ ਪਿੱਛੇ ਰਹਿ ਕੇ ਮਨੀਸ਼ਤ ਵਾੜੀ ਨਾਲ ਅੱਗੇ ਲੰਘ ਜੇ ਉਹਨਾਂ ਦੇ ਪ੍ਰਚਾਰ ਦਾ ਕਿੰਨਾ ਕੁ ਫਰਕ ਪਊਗਾ ਆਖਿਰ ਪੰਜਾਬ ਵੀ ਆਉਣਗੇ ਚੰਡੀਗੜ੍ਹ ਤੋਂ ਇਲਾਵਾ ਸਮਰਿਤੀ ਇਰਾਨੀ ਇੱਥੇ ਆ ਕੇ ਵੀ ਵੋਟਾਂ ਮੰਗਣਗੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਲਈ ਇਸ ਤੋਂ ਇਲਾਵਾ ਵੀ ਕੇ ਸਿੰਘ ਵੀ ਇੱਥੇ ਤੁਰੇ ਫਿਰਦੇ ਆ ਜਿਹੜੇ ਭਾਰਤ ਦੇ ਕਿਸੇ ਟਾਈਮ ਚੀਫ ਆਫ ਦਿ ਆਰਮੀ ਸਟਾਫ ਹੁੰਦੇ ਸੀ ਬਾਅਦ ਦੇ ਵਿੱਚ ਕੇਂਦਰ ਦੇ ਵਿੱਚ ਮੰਤਰੀ ਬਣੇ ਆ ਅੱਜ ਕੱਲ ਪਤਾ ਕੀ ਕਹਿ ਰਹੇ ਆ ਕਹਿੰਦੇ ਜਿਹੜੀ ਅਗਨੀਵੀਰ ਸਕੀਮ ਆ ਜਿਹਦੇ ਵਿੱਚ ਜਿਸ ਸਕੀਮ ਦੇ ਵਿੱਚ ਕੇਵਲ 4 ਸਾਲਾਂ ਲਈ ਭਰਤੀ ਕੀਤਾ ਜਾਂਦਾ ਸੀ ਬਾਅਦ ਦੇ ਵਿੱਚ 4 ਸਾਲਾਂ ਬਾਅਦ 75% ਦੀ ਨੌਜਵਾਨਾਂ ਨੂੰ ਰਿਟਾਇਰ ਕਰ ਦਿੱਤਾ ਜਾਂਦਾ ਸੀ ਕਹਿੰਦੇ ਇਸ ਉੱਤੇ ਅਸੀਂ ਮੁੜ ਵਿਚਾਰ ਕਰਨ ਲਈ ਤਿਆਰ ਆ داراصل تو سی یاد کرو اس اگنیویر سکیم دا ویروਧ بڑا ਹੋਇਆ ਸੀ اور ਕਾਂਗਰਸ ਨੇ ਬਲਕਿ ਇੰਡੀਆ ਘੱਟ ਜੋੜਨੇ ਤਾਂ ਇਹ ਗੱਲ ਕਹਤੀ ਆ ਕਿ ਅਸੀਂ ਇਸ اگਨੀਵੀਰ ਸਕੀਮ ਨੂੰ ਬਿਲਕੁਲ ਬੰਦ ਕਰ ਦਾਂਗੇ اور ਜਿਸ ਤਰ੍ਹਾਂ ਪਹਿਲਾਂ ਰੈਗੂਲਰ ਭਰਤੀ ਹੁੰਦੀ ਸੀ ਕਿਸੇ ਵੀ ਫੌਜ ਦੇ ਵਿੱਚ ਜਾਣ ਵਾਲੀ ਵਿਅਕਤੀ ਦੀ ਉਸੇ ਤਰ੍ਹਾਂ ਰੈਗੂਲਰ ਭਰਤੀ ਹੋਏਗੀ ਆਮ ਵਾਂਗੂ ਭਰਤੀ ਹੋਏਗੀ ਤੇ ਉਹਨਾਂ ਨੂੰ ਪੂਰੇ ਸਾਲ ਮਿਲਣਗੇ ਫੌਜ ਦੇ ਵਿੱਚ ਸੇਵਾ ਕਰਨ ਦੇ ਇਸ ਗੱਲ ਉੱਤੇ ਵੀ ਇਹ ਤੁਰੇ ਫਿਰਦੇ ਨੇ ਸ਼ਸ਼ੇਠ ਰੂਰ ਅੱਜਕੱਲ ਆਏ ਹੋਇਆ ਸ਼ਸ਼ੇਠ ਰੂਰ ਤੁਹਾਨੂੰ ਪਤਾ ਹੀ ਆ ਕੇਰਲ ਤੋਂ ਨੇ ਅੱਜਕੱਲ ਇੱਥੇ ਆ ਕੇ ਉਹ ਵੀ ਚੋਣ ਪ੍ਰਚਾਰ ਕਰਨ ਆਏ ਸੀ ਮਨੀਸ਼ ਦਿਵਾੜੀ ਦਾ ਪਰ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹ ਬੜੀ ਅਹਿਮ ਆ ਉਹ ਇਸ ਕਰਕੇ ਅਹਿਮ ਆ ਕਿ ਉਹਨਾਂ ਨੇ ਆ ਕੇ ਸਿੱਧਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਬੁਲਿਆ ਤੁਸੀਂ ਯਾਦ ਕਰੋ ਜਦੋਂ ਪੰਜਾਬ ਦੇ ਵਿੱਚ ਰੈਲੀਆਂ ਕਰ ਰਹੇ ਸੀ ਪਟਿਆਲੇ ਦੇ ਵਿੱਚ ਜਲੰਧਰ ਦੇ ਵਿੱਚ ਦੀਨਾ ਨਗਰ ਗੁਰਦਾਸਪੁਰ ਦੇ ਵਿੱਚ ਉਥੇ ਕਹਿ ਕੀ ਰੇ ਸੀ ਭਾਰਤ ਦੇ ਪ੍ਰਧਾਨ ਮੰਤਰੀ ਕਹਿੰਦੇ 1971 ਦੇ ਵਿੱਚ ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ਤੇ ਪਤਾ ਨਹੀਂ ਮੈਂ ਕੀ ਕਰ ਦਿੰਦਾ ਸ਼ੇਖ ਚਿੱਲੀ ਵਾਲੀ ਇਹ ਗੱਲਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸੀਆਂ ਸੀ ਉਦੋਂ ਇਹਨਾਂ ਨੇ ਇਹ ਵੀ ਦਾਵਾ ਕੀਤਾ ਸੀ ਕਿ ਜੇ ਮੈਂ ਇੰਦਰਾ ਗਾਂਧੀ ਦੀ ਥਾਂ ਤੇ ਮੈਂ ਪ੍ਰਧਾਨ ਮੰਤਰੀ ਹੁੰਦਾ ਤੇ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਤਾਂ ਕਹਿੰਦੇ ਮੈਂ ਆਪਣੇ ਕਬਜ਼ੇ 'ਚ ਕਰ ਲੈਣਾ ਸੀ ਯਾਨੀ ਕਿ ਭਾਰਤ ਦੇ ਵਿੱਚ ਰਲਾ ਲੈਣਾ ਸੀ ਪੰਜਾਬ ਦੇ ਵਿੱਚ ਲੈ ਆਉਣਾ ਸੀ ਤੇ ਤੁਹਾਨੂੰ ਇੰਨੀ ਜੂਰ ਜਾਣ ਦੀ ਲੋੜ ਹੀ ਨਹੀਂ ਸੀ ਪੈਣੀ ਵੀਜ਼ਾ ਲੈਣ ਦੀ ਲੋੜ ਨਹੀਂ ਸੀ ਪੈਣੀ ਇਸੇ ਗੱਲ ਨੂੰ ਸਸ਼ੀਠਰੂ ਨੇ ਕਿਹਾ ਕਹਿੰਦੇ ਤੁਸੀਂ ਛੱਡੋ 50 ਸਾਲ ਪਹਿਲਾਂ 60 ਸਾਲ ਪਹਿਲਾਂ ਤੁਸੀਂ ਕੀ ਕਰ ਲੈਣਾ ਸੀ ਹੁਣ ਤਾਂ ਕੁਝ ਕਰ ਲਓ ਚੀਨ ਸਾਡੀ ਭਾਰਤ ਦੇ ਸੀਮਾ ਦੇ ਨਾਲ ਲੱਗਦੀਆਂ ਤੇ ਕਈ ਉਹਨਾਂ ਦੇ ਇਸ ਤਰ੍ਹਾਂ ਦੇ ਪੈਟਰੋਲਿੰਗ ਪੁਆਇੰਟਸ ਆ ਜਿੱਥੇ ਭਾਰਤ ਦੀਆਂ ਫੌਜਾਂ ਗਸ਼ਤ ਕਰਦੀਆਂ ਨੇ 65 ਇਸ ਤਰ੍ਹਾਂ ਦੇ ਪੈਟਰੋਲਿੰਗ ਪੁਆਇੰਟਸ ਆ ਤੇ ਉਹਨਾਂ ਤੋਂ 26 ਪੈਟਰੋਲਿੰਗ ਪੁਆਇੰਟਸ ਜਾਂ ਗਸ਼ਤ ਦੇ ਉਹ ਪੁਆਇੰਟਸ ਆ ਜਿੱਥੇ ਭਾਰਤ ਦੀਆਂ ਫੌਜਾਂ ਅੱਜ ਦੀ ਤਰੀਕ ਦੇ ਵਿੱਚ ਜਾ ਨਹੀਂ ਸਕਦੀਆਂ ਕਿਉਂਕਿ ਉਹ ਚੀਨ ਦੇ ਪੂਰੀ ਤਰ੍ਹਾਂ ਕਬਜ਼ੇ ਚ ਆ ਚੁੱਕਿਆ ਤੁਸੀਂ ਇਸ ਦੀ ਗੱਲ ਤੱਕ ਕਦੇ ਕੀਤੀ ਨਹੀਂ ਚੀਨ ਨੂੰ ਤਾਂ ਕਦੇ ਤੁਸੀਂ ਲਾਲ ਅੱਖਾਂ ਦਿਖਾਈਆਂ ਨਹੀਂ ਤੇ ਗੱਲਾਂ ਉਹ ਕਰਦੇ ਹੋ ਜਿਹੜੀਆਂ ਪਿੱਛੇ ਰਹਿ ਗਈਆਂ 50 ਸਾਲ ਪਹਿਲਾਂ ਹੋ ਗਈਆਂ ਜਾਂ 60 ਸਾਲ ਪਹਿਲਾਂ ਹੋ ਗਈਆਂ ਇਥੋਂ ਪਤਾ ਲੱਗਦਾ ਕਿ ਤੁਸੀਂ ਪਛਾਣ ਦਾ ਸੋਚਦੇ ਹੋ ਗਾਂ ਦਾ ਨਹੀਂ ਸੋਚਦੇ ਵੈਸੇ ਮੈਨੂੰ ਲੱਗਦਾ ਸ਼ਸ਼ੀ ਠਰੂ ਨੂੰ ਪਤਾ ਨਹੀਂ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਹੈ ਕੀ ਆ ਉਹ ਬਾਇਓਲੋਜੀਕਲ ਨਹੀਂ ਆ ਉਹ ਤਾਂ ਗਾਂਧੀ ਦੀ ਚੀਜ਼ ਆ ਉਹ ਤਾਂ ਪਰਮਾਤਮਾ ਦਾ ਰੂਪ ਆ ਉਹ ਤਾਂ ਖੁਦ ਆਪਣੇ ਆਪ ਨੂੰ ਕਹਿੰਦੇ ਆ ਜਿਹੜੇ ਉਹਨਾਂ ਦੇ ਚਾਪਲੂਸ ਨੇ ਉਹ ਵੀ ਉਹਨਾਂ ਨੂੰ ਕਹਿੰਦੇ ਆ ਕਹਿੰਦੇ ਇਹ ਤਾਂ ਰੱਬ ਦਾ ਰੂਪ ਆ ਰੱਬ ਦਾ ਰੂਪ ਹੀ ਬਾਇਓਲੋਜੀਕਲੀ ਪੈਦਾ ਨਹੀਂ ਹੁੰਦਾ ਬਾਕੀ ਤਾਂ ਆਪਾਂ ਤਾਂ ਸਾਰੇ ਬਾਇਓਲੋਜੀਕਲੀ ਪੈਦਾ ਹੁੰਨੇ ਆ ਇਹ ਸ਼ਾਇਦ ਸ਼ਸ਼ੀ ਥਨੂ ਭੁੱਲ ਗਏ ਹੁਣ ਫਿਰ ਉਹਨਾਂ ਨੇ ਹੋਰ ਵੀ ਗੱਲਾਂ ਇਹਨਾਂ ਨੂੰ ਯਾਦ ਕਰਵਾਈਆਂ ਕਹਿੰਦੇ ਤੁਸੀਂ ਕਦੇ ਮੰਗਲ ਸੂਤਰ ਦੀ ਗੱਲ ਕਰਦੇ ਹੋ ਕਦੇ ਮੁਸਲਮਾਨਾਂ ਦੀ ਗੱਲ ਕਰਦੇ ਹੋ ਕਦੇ ਮੁਜਰਿਆਂ ਦੀ ਗੱਲ ਕਰਦੇ ਹੋ ਵੈਸੇ ਅੱਜ ਇੱਕ ਬੜਾ ਇੰਟਰਸਟਿੰਗ ਹੈ ਮੈਂ ਬਿਆਨ ਪੜ੍ਹ ਰਿਹਾ ਸੀ ਏ రాਵੜੀ ਦੇਵੀ ਕਹਿੰਦੀ ਆ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਜਿਹਨੂੰ ਉਹਨਾਂ ਨੇ ਮੁੱਖ ਮੰਤਰੀ ਬਣਾਤਾ ਸੀ ਜਦੋਂ ਜੇਲ੍ਹ ਗਏ ਸੀ ਉਹ ਕਹਿੰਦੇ ਜੇ ਵਿਰੋਧੀ ਪਾਰਟੀਆਂ ਮੁਜਰਾ ਕਰਨ ਗਈਆਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਵਾਬ ਦੇ ਰਹੇ ਸੀ ਤੇ ਕਹਿੰਦੇ ਤੁਸੀਂ ਫਿਰ ਤਬਲਾ ਵਜਾਓਗੇ ਕਮਾਲ ਦੀਆਂ ਗੱਲਾਂ ਹੋ ਰਹੀਆਂ ਨੇ ਅਸਲੀ ਮੁੱਦਿਆਂ ਤੋਂ ਦੂਰ ਭਜਾਇਆ ਜਾ ਰਿਹਾ ਪਰ ਇਹਨਾਂ ਸਾਰਿਆਂ ਦੇ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਉਹਨਾਂ ਨੇ ਆ ਕੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਕਹਿੰਦੇ ਜੀ ਮੇਰਾ ਸਮਰਥਨ ਜਾਂ ਮੇਰੀ ਪਾਰਟੀ ਦਾ ਲੋਕ ਭਲਾਈ ਪਾਰਟੀ ਮੇਰੀ ਪਾਰਟੀ ਦਾ ਸਮਰਥਨ ਤਾਂ ਕਾਂਗਰਸ ਨੂੰ ਆ ਵੈਸੇ ਰਾਮੂ ਵਾਲੀ ਜੀ ਇਹ ਜ਼ਰੂਰ ਦੱਸ ਦੇਣ ਕਿ ਉਹਨਾਂ ਦੀ ਪਾਰਟੀ ਦੇ ਵਿੱਚ ਰਹਿ ਕਿੰਨੇ ਕ ਬੰਦੇ ਗਏ ਕਿੰਨੇ ਕ ਬੰਦੇ ਉਹਨਾਂ ਨੂੰ ਸਮਰਥਨ ਦੇਣ ਲਈ ਤਿਆਰ ਆ ਪਰ ਇੱਕ ਗੱਲ ਉਹਨਾਂ ਨੇ ਚੰਗੀ ਗੱਲ ਕਹੀ ਆ ਜਿੰਨਾ ਟਰੈਵਲ ਏਜੰਟਾਂ ਧੋਖੇਬਾਜ਼ ਟਰੈਵਲ ਏਜੰਟ ਜਿਹੜੇ ਮੁੰਡੇ ਕੁੜੀਆਂ ਨੂੰ ਲੁੱਟਦੇ ਨੇ ਪੰਜਾਬ ਦੇ ਵਿੱਚ ਜਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਹਿਰਾ ਫੇਰੀ ਵਾਲੇ ਕੰਮ ਕਰਦੇ ਨੇ ਜਿੰਨੇ ਮੋਰਚੇ ਇਹਨਾਂ ਨੇ ਖੋਲੇ ਜਾਂ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕੀਤੀ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਪਾਰਟੀ ਨੇ ਜਾਂ ਕਿਸੇ ਹੋਰ ਵਿਅਕਤੀ ਨੇ ਉਹਨਾਂ ਦੀ ਗੱਲ ਕੀਤੀ ਹੋਵੇ ਇਹ ਵੱਖਰੀ ਗੱਲ ਆ ਕਿ ਹੁਣ ਸ਼ਾਇਦ ਉਹਨਾਂ ਦਾ ਇਹਨਾਂ ਸਮਰਥਨ ਜਾਂ ਉਹਨਾਂ ਦੇ ਪਿੱਛੇ ਜਿਹੜੀ ਫਾਲੋਇੰਗ ਆ ਉਹ ਨਹੀਂ ਨਾ ਰਹੀ ਹੋਵੇ ਸਮਾਂ ਹੋ ਗਿਆ ਹੁਣ ਅੱਜ ਉਹਨਾਂ ਕੁਝ ਕਮੈਂਟਸ ਨੂੰ ਲੈਣ ਦਾ ਜਿਹੜੇ ਤੁਸੀਂ ਸਾਡੇ ਪਹਿਲੇ ਪ੍ਰੋਗਰਾਮ ਲਈ ਸਾਨੂੰ ਭੇਜੇ ਸੀ ਕਿਰਪਾਲ ਰਠੌਰ 1080 ਇਹਨਾਂ ਦਾ ਅਕਾਊਂਟ ਆ ਇਹਨਾਂ ਨੇ ਲਿਖਿਆ ਕਿ ਜੇ ਕਿਸਾਨ ਭਰਾ ਆਪਣੇ ਹੱਕਾਂ ਦੀਆਂ ਮੰਗਾਂ ਵਾਸਤੇ ਦਿੱਲੀ ਜਾਣਾ ਚਾਹੁੰਦੇ ਸੀ ਤਾਂ ਸਰਕਾਰਾਂ ਨੇ ਸੜਕਾਂ ਉੱਪਰ ਕਿੱਲ ਲਾ ਕੇ ਪੱਥਰਾਂ ਤੇ ਬੈਰੀਕੇਡ ਲਾ ਕੇ ਉਹਨਾਂ ਦੇ ਰਾਹ ਰੋਕੇ ਸੀ ਹੁਣ ਇਹ ਪੰਜਾਬ ਆ ਕੇ ਕਿਹੜੇ ਮੂੰਹ ਨਾਲ ਵੋਟਾਂ ਮੰਗਦੇ ਨੇ ਇਹੀ ਗੱਲਾਂ ਕਿਸਾਨ ਵੀ ਇਹਨਾਂ ਨੂੰ ਪੁੱਛਦੇ ਆ ਕੀ ਦਿੱਲੀ ਭਾਰਤ ਦਾ ਹਿੱਸਾ ਨਹੀਂ ਆ ਕੀ ਦਿੱਲੀ ਦੇ ਵਿੱਚ ਭਾਰਤ ਦਾ ਨਾਗਰਿਕ ਨਹੀਂ ਜਾ ਸਕਦਾ ਕੀ ਦਿੱਲੀ ਤੁਸੀਂ ਭਾਰਤ ਦੇ ਨਾਗਰਿਕਾਂ ਨੂੰ ਦੂਰ ਕਰਦੀ ਆ ਜਾਂ ਇਹਨੂੰ ਕਿਸੇ ਫੋਰਨ ਟੈਰੀਟਰੀ ਦੇ ਵਿੱਚ ਤਬਦੀਲ ਕਰਤਾ ਇਹ ਪੁੱਛਦੇ ਆ ਕਿਸਾਨ ਸਵਾਲ ਔਰ ਗੱਲ ਤੁਹਾਡੀ ਬਿਲਕੁਲ ਵਾਜਿਬ ਆ ਹੁਣ ਕਿਹੜੇ ਮੂੰਹ ਨਾਲ ਇਹ ਪੰਜਾਬ ਆਉਂਦੇ ਆ ਔਰ ਵੋਟਾਂ ਮੰਗਦੇ ਆ ਇਸ ਗੱਲ ਉੱਤੇ ਕਿਸਾਨ ਇੱਥੋਂ ਦੇ ਚਾਹੇ ਪੰਜਾਬ ਦੇ ਹੋਣ ਚਾਹੇ ਹਰਿਆਣੇ ਦੇ ਹੋਣ ਚਾਹੇ ਪੱਛਮੀ ਉੱਤਰ ਪ੍ਰਦੇਸ਼ ਦੇ ਹੋਣ ਤੇ ਚਾਹੇ ਰਾਜਸਥਾਨ ਦੇ ਹੋਣ ਉਹ ਲਗਾਤਾਰ ਭਾਰਤੀ ਜਨਤਾ ਪਾਰਟੀ ਨੂੰ ਯਾਦ ਕਰਵਾ ਰਹੇ ਨੇ ਕਿ ਦੇਖੋ ਹਣ ਅਸੀਂ ਤੁਹਾਡਾ ਵਿਰੋਧ ਕਰ ਰਿਹਾ ਇਸੇ ਕਰਕੇ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹਿਣਾ ਪੈਂਦਾ ਕਿ ਦੇਖੋ ਜੀ ਅਸੀਂ ਤੁਹਾਡੇ ਵੱਲ ਇੱਕ ਕਦਮ ਵਧਾਂਗੇ ਅਸੀਂ ਐਮਐਸਪੀ ਦੀ ਗਾਰੰਟੀ ਦਿੰਦੇ ਆ ਪਿਛਲੇ 10 ਸਾਲਾਂ ਚੋ ਤੁਹਾਨੂੰ ਤੁਹਾਡੇ ਤੋਂ ਇਹ ਸਾਰਾ ਕੁਝ ਹੋਇਆ ਨਹੀਂ ਹੁਣ ਤੁਸੀਂ ਸਾਰਾ ਕੁਝ ਕਰਨ ਲਈ ਤਿਆਰ ਆ ਇਥੋਂ ਪਤਾ ਲੱਗਦਾ ਕਿ ਤੁਹਾਡੀ ਹਾਲਤ ਵੋਟਾਂ ਦੇ ਵਿੱਚ ਕੋਈ ਜ਼ਿਆਦਾ ਵਧੀਆ ਨਹੀਂ ਅਗਲਾ ਕਮੈਂਟ ਹੈ ਐਸਟੀਐਲ 8191 ਅੰਗਰੇਜ਼ੀ ਦੇ ਵਿੱਚ ਇਹਨਾਂ ਨੇ ਲਿਖਿਆ ਮੈਨੂੰ ਸੰਬੋਧਨ ਕੀਤਾ ਇਹਨਾਂ ਨੇ ਲਿਖਿਆ you have explained everything well for punjabis and part played by badalke and bjp to develop the state to develop punjab yani ki shromani akali dal te bhartiya janta party di jadon sarkar si gath jod si jadon jadon vi inanne sarkar banayi inanne punjab di tarakki zarur kiti hai ede vich koi do raama nahi par kai vari jehde vaade inanne vallon kitte jande ne ya jehdiyan galtiyan hundiyan ne us layi ਇਹ ਜਿਹੜੇ ਵੋਟਰਸ ਨੇ ਜਾਂ ਜਿਹੜੇ ਲੋਕ ਨੇ ਫਿਰ ਇਹਨਾਂ ਨੂੰ ਮਾਫ਼ ਨਹੀਂ ਕਰਦੇ ਗੁਰਸੇਵਕ 22 پرو 93 ਇਹਨਾਂ ਦਾ ਅਕਾਊਂਟ ਆ ਇਹਨਾਂ ਨੇ ਲਿਖਿਆ ਕਿ ਮੋਦੀ ਨੂੰ ਪੰਜਾਬ ਵਿੱਚ ਵੋਟਾਂ ਮੰਗਣ ਸੜਕ ਰਾਈ ਆਉਣਾ ਚਾਹੀਦਾ ਸੀ ਬਿਲਕੁਲ ਠੀਕ ਆ ਜੇ ਬਾਕੀ ਲੀਡਰ ਆ ਸਕਦੇ ਰਾਹੁਲ ਗਾਂਧੀ ਆ ਸਕਦਾ ਜਾਂ ਹੋਰ ਕਈ ਇਸ ਤਰ੍ਹਾਂ ਦੇ ਲੀਡਰ ਜਿਹੜੇ ਆ ਕੇ ਲੋਕਾਂ ਦੇ ਵਿੱਚ ਵਿਚਰਦੇ ਨੇ ਉਹਨਾਂ ਨਾਲ ਮਿਲਦੇ ਨੇ ਉਹਨਾਂ ਦੀ ਗੱਲਬਾਤ ਸੁਣਦੇ ਆ ਦੋਰੋ ਹੱਥ ਤਾਂ ਹਲਾ ਕੇ ਕੋਈ ਵੀ ਜਾ ਸਕਦਾ ਸੋ ਇਹ ਚੰਗਾ ਹੋਏਗਾ ਕਿ ਜੇ ਇਹ ਲੀਡਰਸ ਆ ਕੇ ਲੋਕਾਂ ਦੇ ਨਾਲ ਮਿਲਣ ਉਹਨਾਂ ਨਾਲ ਹੱਥ ਮਿਲਾਉਣ ਤੇ ਕਈ ਵਾਰੀ ਹੋ ਸਕਦਾ ਸਿਕਿਉਰਿਟੀ ਦਾ ਵੀ ਇਹਨਾਂ ਨੂੰ ਖਤਰਾ ਰਹਿੰਦਾ ਹੋਵੇ ਇਸ ਤੋਂ ਅਗਲਾ ਕਮੈਂਟ ਆ ਜਸਵੰਤ ਸਿੰਘ 4675 ਇਹਨਾਂ ਦਾ ਅਕਾਊਂਟ ਆ ਅੰਗਰੇਜ਼ੀ ਦੇ ਵਿੱਚ ਇਹਨਾਂ ਨੇ ਲਿਖਿਆ ਕਹਿੰਦੇ ਮੋਦੀ ਡਿਡ ਨਥਿੰਗ ਫਾਰ ਦਾ ਪੀਪਲ ਆਫ ਪੰਜਾਬ ਐਂਡ ਨਾਓ ਮੇਕਿੰਗ ਫੂਲ ਆਫ 뎀 ਵਾਈ ਹੀ ਇਜ਼ ਡਿਸਟਰਬਿੰਗ ਡੇਲੀ ਲਾਈਫ ਆਫ ਪੀਪਲ ਆਫ ਪੰਜਾਬ ਬਾਈ ਡੂਇੰਗ ਥੀਸ ਪੋਲੀਟੀਕਲ ਰੈਲੀਆਂ while he has no healing sentiment for punjab these rallies will create more a negativity for modi as well as for the bjp ਇਹ ਗੱਲ ਕਾਫੀ ਹੱਦ ਤੱਕ ਤੁਹਾਡੀ ਠੀਕ ਆ ਪਿਛਲੇ ਦਿਨਾਂ ਚ ਬਹੁਤ ਸਾਰੇ ਭਾਜਪਾਈਆਂ ਦਾ ਮੰਨਣਾ ਸੀ ਕਿ ਜੇ ਮੋਦੀ ਪੰਜਾਬ ਆਉਣਗੇ ਉਹਦੇ ਨਾਲ ਮਾਹੌਲ ਬਦਲ ਦੇਣਗੇ ਮਾਹੌਲ ਤਾਂ ਕੋਈ ਬਦਲਿਆ ਨਹੀਂ ਪਰ 네ਗੇਟਿਵਿਟੀ ਜ਼ਰੂਰ ਆਈ ਹੈ ਖਾਸ ਤੌਰ ਤੇ ਉਹਨਾਂ ਸ਼ਹਿਰਾਂ ਦੇ ਵਿੱਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਹੋਈਆਂ ਲੋਕਾਂ ਨੂੰ ਟ੍ਰੈਫਿਕ ਦੇ ਵਿੱਚ ਬੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਵਿਗਨ ਪਿਆ ਉਹ ਜਾ ਨਹੀਂ ਸਕੇ ਆਪਣੇ ਸਮੇਂ ਸਿਰ ਜਿੱਥੇ ਵੀ ਉਹਨਾਂ ਨੇ ਜਾਣਾ ਸੀ ਉਸ ਸਥਾਨ ਤੇ ਪਹੁੰਚ ਨਹੀਂ ਸਕੇ ਤੇ ਇਸ ਤੋਂ ਇਲਾਵਾ ਕਿਸਾਨਾਂ ਦੇ ਨਾਲ ਜੋ ਉਹਨਾਂ ਦੇ ਨਾਲ ਵਿਹਾਰ ਹੋਇਆ ਜਾਂ ਉਹਨਾਂ ਨੂੰ ਪਾਸੇ ਰੱਖਿਆ ਗਿਆ ਉਹਨਾਂ ਦੀ ਫੜੋ ਫੜਾਈ ਹੋਈ ਤਾਂ ਕਿ ਉਹ ਕਿਤੇ ਵਿਰੋਧ ਨਾ ਕਰ ਦੇਣ ਇਹ ਵੀ ਉਸੇ ਪਾਰਟ ਦਾ ਜਾਂ ਉਸੇ ਸਾਰੀ ਕਾਰਵਾਈ ਦਾ ਹਿੱਸਾ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ